ਕਿਉਂਰਾ ਵੈਲਕਮ ਬੈਕ ਇੱਕ ਵਾਰ ਫਿਰ ਸਾਰੇ ਹੀ ਮਿੱਤਰ ਪਿਆਰਿਆਂ ਨੂੰ। ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਟ ਵਿਟੋਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਵਿਸ਼ੇਸ਼ ਗੱਲਬਾਤ ਹੋਣੀ ਹੈ ਤੇ ਇਹ ਗੱਲਬਾਤ ਜਿਹੜੀ ਹੈ ਉਹ ਚੌਥੇ ਗੁਰੂ ਰਾਮਦਾਸ ਜੀ ਦੇ ਸ਼ਰਧਾਲੂ ਸਰਦਾਰ ਗੁਰਜੀਤ ਸਿੰਘ ਸ਼ਾਹਪੁਰ ਜਿਹੜੇ ਕਿ ਦਸਤਾਰ ਦੇ ਕੋਚ ਦੇ ਤੌਰ ਤੇ ਦੇਸ਼ ਵਿਦੇਸ਼ ਦੇ ਵਿੱਚ ਜਿਨ੍ਹਾਂ ਨੇ ਵੱਖਰੇ ਮੁਕਾਮ ਹਾਸਲ ਕੀਤੇ ਔਰ ਇੱਕ ਨਿਮਾਣੇ ਸਿੱਖ ਵਜੋਂ ਹੋਰ ਬਹੁਤ ਸਾਰੀਆਂ ਸੇਵਾਵਾਂ ਦੇ ਵਿੱਚ ਪੰਥ ਦੇ ਅਲੱਗ ਅਲੱਗ ਜਿਹੜੀਆਂ ਜਥੇਬੰਦੀਆਂ ਜਾਂ ਗੁਰਧਾਮ ਨੇ ਉੱਥੇ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਬਹੁਤ ਨਿਮਰਤਾ ਦੇ ਨਾਲ ਪ੍ਰਵਾਨ ਹੁੰਦੀ ਆਈ ਹੈ। ਤੇ ਅੱਜ ਸਮਾਂ ਆ ਗਿਆ ਕਿ ਸਾਡੇ ਇਸ ਛੋਟੇ ਪਰ ਖੂਬਸੂਰਤ ਮੁਲਕ ਦੇ ਵਿੱਚ ਗੁਰਜੀਤ ਸਿੰਘ ਵੀਰ ਜਿਹੜੇ ਨੇ ਉਹ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ, ਜਦੋਂ ਕਿ ਡੇਲੀ ਖਬਰ ਦੀ ਟੀਮ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। SBS ਕਲੱਬ ਦੇ ਸ਼ੁਕਰਗੁਜ਼ਾਰ ਹਾਂ, ਸਾਡਾ ਵੀਰ ਗੋਪਾ ਬੈਂਸ ਤੇ ਕਾਂਤਾ ਧਾਲੀਵਾਲ ਨੂੰ, ਸਾਰੇ ਹੀ ਮਿੱਤਰਾਂ ਨੂੰ ਅਸੀਂ ਇੱਕ ਇੱਕ ਕਰਕੇ ਜ਼ਰੂਰ ਯਾਦ ਕਰਦੇ ਚੱਲਾਂਗੇ, ਜਿਨ੍ਹਾਂ ਦੀ ਬਦੌਲਤ ਅੱਜ ਗੁਰਜੀਤ ਸਿੰਘ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ। ਗੁਰਜੀਤ ਸਿੰਘ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਭਾਈ, ਬਹੁਤ ਸੋਹਣੇ ਲੱਗ ਰਹੇ ਹਮੇਸ਼ਾ ਦੀ ਤਰ੍ਹਾਂ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ ਸ਼ੁਕਰੀਆ ਭਾਈ, ਕੀ ਬਾਤ ਹੈ। ਅੱਛਾ ਗੁਰਜੀਤ ਸਿੰਘ ਜੀ, ਇਹ ਜਿਹੜੀ ਚਿਹਰੇ ਦੀ ਸਮਾਈਲ ਆ, ਹਰ ਵੇਲੇ ਸ਼ੁਕਰਗੁਜ਼ਾਰੀ ਦੇ ਵਿੱਚ ਰਹਿਣਾ ਤੇ ਕਈ ਵਾਰੀ ਨੀਂਦਾਂ ਪੂਰੀਆਂ ਹੁੰਦੀਆਂ, ਕਈ ਵਾਰੀ ਸਫ਼ਰ ਦੇ ਵਿੱਚ ਨਹੀਂ ਵੀ ਹੁੰਦੀਆਂ, ਇਹ ਜਿਹੜੀ ਮਨੋਵਸਥਾ ਆ, ਪਹਿਲਾਂ ਤਾਂ ਗੁਰਜੀਤ ਸਿੰਘ ਇਹਦੇ ਬਾਰੇ ਜ਼ਰੂਰ ਆਪਣੀ ਗੱਲ ਰੱਖਣ। ਇਹ ਗੁਰੂ ਰਾਮਦਾਸ ਦੀ ਕਿਰਪਾ ਜੀ, ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਦਾਸ ਨੂੰ ਸੇਵਾ ਮਿਲੀ ਆ ਜੀ, ਝੋਲੀ ਚ ਪਈ ਆ, ਤੇ ਉਹ ਜ਼ਰੂਰ ਜਿੰਨੀ ਵੀ ਟੀਮ ਮੇਰੀ ਸਾਰੀ ਹੁੰਦੀ ਆ ਨਾਲ ਵਿਚਰਦੇ ਨੇ ਜੀ, ਤੇ ਇੱਥੇ ਵੀ ਆਪਾਂ ਇਸੇ ਤਰ੍ਹਾਂ ਵਿਚਰਦੇ ਆ। ਨੀਂਦ ਤੇ ਚਲੋ ਆਪਾਂ ਸੁੱਤੇ ਤੇ ਤਕਰੀਬਨ ਜਦੋਂ ਦੇ ਇੱਥੇ ਆਏ ਆ, ਅੱਛਾ, ਤੇ ਮਤਲਬ ਰੈਸਟ ਏਦਾਂ ਹੀ ਆ, ਕਿਉਂਕਿ ਰਾਤ ਕਾਫੀ ਲੇਟ ਹੋ ਜਾਈਦਾ, 1-2 ਵੱਜ ਜਾਂਦੇ, ਕਈ ਵਾਰ 12 ਵੱਜ ਜਾਂਦੇ ਆ, ਜੀ, ਤੇ ਸਵੇਰੇ ਜਿਵੇਂ ਕਿ ਕੋਈ ਵੀਰ ਆਪਣੇ ਘਰ ਲੈ ਜਾਂਦਾ ਦਸਤਾਰ ਸਿੱਖਣ ਲਈ, ਕਿਉਂਕਿ ਕਿਆ ਉਹਨੂੰ ਚਾਅ ਬੜਾ ਹੁੰਦਾ ਆ, ਤੇ ਫਿਰ ਜਿਵੇਂ ਕੈਂਪ ਚੱਲਦੇ ਆ, ਕੈਂਪ ਤੇ ਜਦੋਂ ਸ਼ਾਮ ਦੇ ਟਾਈਮ ਹੁੰਦਾ, ਜਿੱਦਾਂ ਹੁਣ ਆਪਾਂ ਇੱਥੇ ਸ਼ੁਰੂ ਕੀਤਾ ਕੈਂਪ ਅੱਜ, ਹਨਾ, ਜੀ, ਤੇ ਜਿਹੜੇ ਬੱਚੇ ਸਿੱਖਣ ਵਾਲੇ, ਕਿਉਂਕਿ ਇੱਥੇ ਜਿਹੜੇ ਇੱਧਰ ਦੇ ਬੱਚੇ ਨੇ ਉਹ ਕਹਿੰਦੇ ਨੇ ਕਿ ਅਸੀਂ ਕਿਸੇ ਦੇ ਸਾਹਮਣੇ ਦਸਤਾਰ ਨਹੀਂ ਸਜਾਉਣੀ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਹਲੇ ਅਸੀਂ ਸਿੱਖਣੀ ਆ ਤੇ ਆਪਾਂ ਕੇਸ ਨਹੀਂ ਖੋਲਣੇ ਕਿਸੇ ਦੇ ਸਾਹਮਣੇ, ਜੀ, ਤੇ ਕਈ ਬੱਚੇ ਜਿਹੜੇ ਉਹ ਫਿਰ ਜਦੋਂ ਸਮਝਾਈਦਾ ਹੈ ਫਿਰ ਉਹ ਓਪਨ ਚ ਸਾਹਮਣੇ ਆ ਜਾਂਦੇ, ਇਹੋ ਜਿਹਾ ਉਹ ਗਰਾਊਂਡ ਲੈਵਲ ਤੇ ਵਿਚਰਦੇ ਆ ਕਿ ਮੇਰਾ ਮਨ ਆਪ ਹੈਰਾਨ ਹੋ ਜਾਂਦਾ ਵੀ ਜਿਹੜੀ ਅਸੀਂ ਸ਼ਿਕਸ਼ਾ ਦੇਣ ਡਏ ਆ ਬੱਚਿਆਂ ਨੂੰ, ਉਹ ਕਿੱਡੇ ਵਧੀਆ ਤਰੀਕੇ ਨਾਲ ਬੱਚੇ ਜਿਹੜੀ ਉਹ ਗੱਲਬਾਤ ਨੋਟ ਕਰਦੇ ਨੇ, ਤੇ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਦਾ ਜੀਵਨ ਆ ਚੱਲੀ ਜਾ ਰਿਹਾ, ਆਪਣੀ ਲਾਈਫ ਚ ਖੁਸ਼ ਆ, ਸਤਿਗੁਰੂ ਦੀ ਬੜੀ ਕਿਰਪਾ ਹੈ, ਇਹ ਕਾਰਜ ਕਰਕੇ ਮੇਰੇ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ, ਕਿਉਂਕਿ ਕਾਫੀ ਜ਼ਿਆਦਾ ਵੀਰ ਜਿਹੜੇ ਜਦੋਂ ਕੇਸ ਦਾੜੀ ਰੱਖਦੇ ਆ ਤੇ ਬੜੀ ਮਨ ਨੂੰ ਖੁਸ਼ੀ, ਕਿਉਂਕਿ ਆਪਾਂ ਪ੍ਰਚਾਰਕ ਤਾਂ ਨਹੀਂ ਹੈਗੇ ਪਰ ਇੱਕ ਦਸਤਾਰ ਦੇ ਲੈਵਲ ਤੇ, ਤੇ ਪ੍ਰਚਾਰਕ ਤੋਂ ਘੱਟ ਵੀ ਨਹੀਂ ਹੈ ਕਿ ਮਤਲਬ ਦਸਤਾਰ ਦੇ ਲੈਵਲ ਤੇ ਇੱਕ ਆਪਾਂ ਵਿਚਰੀਦਾ ਆ ਦੁਨੀਆ ਭਰ ਦੇ ਵਿੱਚ, ਤੇ ਇੱਥੇ ਵੀ ਨਿਊਜ਼ੀਲੈਂਡ ਦੀ ਧਰਤੀ ਤੇ ਵੀ ਤੁਹਾਡੇ ਜ਼ਰੀਏ ਤੇ ਤੁਹਾਡੀ ਟੀਮ ਦੇ ਜ਼ਰੀਏ ਸਾਰੇ ਜਿੰਨੇ ਵੀ ਮੇਰੇ ਇੱਥੇ ਮਿੱਤਰ ਪਿਆਰੇ ਸੱਜਣ ਨੇ ਉਹਨਾਂ ਦੇ ਜ਼ਰੀਏ ਵਿਚਰੀਦਾ ਸਾਰਿਆਂ ਦੇ ਨਾਲ। ਬਹੁਤ ਖੂਬਸੂਰਤ ਗੱਲ ਹੈ ਗੁਰਜੀਤ ਜੀ, ਸਾਨੂੰ ਇਹ ਵੀ ਦੱਸੋ ਹੁਣ ਤੱਕ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਔਰ ਤੁਹਾਡੇ ਜਿਹੜੇ ਉਸਤਾਦ ਲੋਕ ਸਨ ਉਹਨਾਂ ਨੇ ਤੁਹਾਡੇ ਨਾਲ ਫਿਰ ਇਹ ਸ਼ੁਰੂਆਤਾਂ ਕਦੋਂ ਹੋਈਆਂ ਤੇ ਪੰਜਾਬ ਦੇ ਕਿਹੜੇ ਇਲਾਕੇ ਤੋਂ ਰੰਗ ਭਾਗ ਲਾਉਂਦੇ ਤੁਸੀਂ ਵੱਖ ਵੱਖ ਦੇਸ਼ਾਂ ਦੇ ਸਫ਼ਰ ਤੇ ਹੋ? ਤਕਰੀਬਨ ਲਗਭਗ 2017 ਦੇ ਵਿੱਚ ਮੇਰਾ ਪਹਿਲਾ ਟੂਰ ਜਿਹੜਾ ਸਿੰਗਾਪੁਰ ਦਾ ਸੀ, ਇੰਡੋਨੇਸ਼ੀਆ, ਮਲੇਸ਼ੀਆ, ਬੈਂਕਾਕ, ਡੁਬਈ, ਅੱਛਾ, ਹਾਂਗਕਾਂਗ, ਫਿਰ ਕੈਨੇਡਾ, ਨਿਊਜ਼ੀਲੈਂਡ 3 ਵਾਰੀ, ਇੱਦਾਂ ਅਲੱਗ ਅਲੱਗ ਕੰਟਰੀਆਂ ਦੇ ਵਿੱਚ ਦਾਸ ਨੂੰ ਵਿਚਰਨ ਦਾ ਮੌਕਾ ਮਿਲਿਆ, ਕਿਉਂਕਿ ਗੁਰੂ ਘਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਬਾਹਰਲੇ ਗੁਰਦੁਆਰਾ ਸਾਹਿਬ ਪਹਿਲਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ, ਕਿਉਂਕਿ ਉਹ ਸੋਚਦੇ ਨੇ ਕਿ ਅਸੀਂ ਰਾਗੀਆਂ ਨੂੰ ਪ੍ਰਮੋਟ ਕਰਦੇ ਹਾਂ, ਹਨਾ, ਰਾਗੀ ਜਥੇ ਨੂੰ ਅਸੀਂ ਇੱਥੇ ਸਾਦੇ ਆ, ਇੱਕ ਦਸਤਾਰ ਦਾ ਕੈਂਪ ਪਤਾ ਨਹੀਂ ਕਿੱਦਾਂ ਦਾ ਕੋਈ ਲਾ ਕੇ ਜਾਊਗਾ, ਫਿਰ ਅੱਛਾ, ਜਦੋਂ ਇੱਕ ਵਾਰੀ ਮੇਰੇ ਨਾਲ ਗੁਰੂ ਘਰ ਵਾਲੇ ਵਿਚਰਦੇ ਆ ਦੁਬਾਰਾ, ਫਿਰ ਮੇਰੇ ਕੋਲ ਧੱਕੇ ਨਾਲ ਟਾਈਮ ਜਿਹੜਾ ਉਹ ਮਤਲਬ ਲੜਾਈ ਵੀ ਹੋ ਜਾਂਦੀ ਆ, ਕਹਿਣ ਦਾ ਭਾਵ ਗੁੱਸੇ ਹੋ ਜਾਂਦੇ ਨੇ ਕਿ ਤੁਸੀਂ ਟਾਈਮ ਹੋਰ ਦਿਓ, ਆਪਾਂ ਲੜਾਈ ਨਹੀਂ ਕਹਿ ਸਕਦੇ, ਚਲੋ ਇੱਕ ਪਿਆਰ ਦਾ ਸ਼ਬਦ ਆਪਾਂ ਪਿਆਰ ਨਾਲ ਕਹਿ ਸਕਦੇ ਹਾਂ ਕਿ ਮੈਂ ਆਪਣੇ ਪਿਆਰਿਆਂ ਨੂੰ ਯਾਦ ਕਰਾ ਲਿਆ, ਗੁਰਜੀਤ ਸਿੰਘ ਸ਼ਾਹਪੁਰ ਜਿਹੜੇ ਨੇ ਉਹ ਸਾਡੇ ਇਸ ਮੁਲਕ ਦੇ ਵਿੱਚ ਤੀਜੀ ਵਾਰ ਆਏ ਨੇ ਤੇ ਪ੍ਰਮਾਤਮਾ ਕਰੇ ਉਹ ਵਾਰ ਵਾਰ ਆਉਣ। ਬਹੁਤ ਸਾਰੇ ਜਿਹੜੇ ਸਾਡੇ ਭੈਣਾਂ ਭਰਾ ਨੇ, ਮੈਂ ਭੈਣਾਂ ਦਾ ਜ਼ਿਕਰ ਤਾਂ ਕੀਤਾ, ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਦਮਾਲਾ ਸਿੱਖਣਾ ਚਾਹੁਣ, ਬਹੁਤ ਸਾਰੀਆਂ ਤਸਵੀਰਾਂ ਮੇਰੇ ਕੋਲ ਨੇ ਜਿਨ੍ਹਾਂ ਦੇ ਵਿੱਚ ਸਾਡੀਆਂ ਜਿਹੜੀਆਂ ਭੈਣਾਂ ਉਹਨਾਂ ਨੇ ਬਹੁਤ ਖੂਬਸੂਰਤ ਦਮਾਲੇ ਜਿਹੜੇ ਨੇ ਰਵਾਇਤੀ ਅੰਦਾਜ਼ ਦੇ ਵਿੱਚ ਸਜਾਏ ਹੋਏ ਨੇ। ਔਰ ਇੱਕ ਗੱਲ ਮੈਂ ਗੁਰਜੀਤ ਸਿੰਘ ਜੀ ਦੇਖ ਰਿਹਾ ਸੀ, ਤੁਹਾਡੀ ਗੱਲ ਵਿਚਾਲੇ ਰਹਿ ਗਈ, ਹੇਮਕੁੰਟ ਸਾਹਿਬ ਵਰਗੀ ਜਿਹੜੀ ਉਚਾਈ ਵਾਲੀ ਤੇ ਬਹੁਤ ਦੁਰਗਮ ਥਾਂ ਕਈ ਵਾਰੀ ਲੱਗਦੀ ਹੈ ਜਾਣ ਨੂੰ, ਬੜੀ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਉੱਥੇ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾ ਰਹੇ ਹੋ, ਸਾਨੂੰ ਥੋੜਾ ਇਹਦੇ ਬਾਰੇ ਵੀ ਦੱਸੋ। ਤਕਰੀਬਨ ਜੀ ਸ੍ਰੀ ਹੇਮਕੁੰਟ ਸਾਹਿਬ ਐਤਕੀ ਸਾਡਾ 8ਵੀਂ ਵਾਰੀ ਕੈਂਪ ਸੀ, ਅੱਛਾ, ਤਕਰੀਬਨ 8 ਸਾਲ ਹੋ ਚੱਲੇ ਆ, ਤੇ ਦਾਸ 2002 ਦੇ ਵਿੱਚ ਛੋਟਾ ਜਿਹਾ ਹੁੰਦਾ ਗਿਆ ਸੀ, ਜੇ ਮਨ ਚ ਇੱਕ ਸ਼ਰਧਾ ਸੀ, ਕਿਉਂਕਿ ਉਦੋਂ ਸਮਝ ਬਹੁਤ ਥੋੜੀ ਸੀ ਕਿ ਜਿਹੜਾ ਇਹ ਲੱਕੜ ਦਾ ਗੁਰਦੁਆਰਾ ਸਾਹਿਬ, ਮੈਨੂੰ ਪਤਾ ਨਹੀਂ ਸੀ ਹੇਮਕੁੰਟ ਸਾਹਿਬ, ਛੋਟੇ ਹੁੰਦੇ ਦੀ ਮੈਂ ਦੱਸਦਾ, ਮੇਰੇ ਮਨ ਦਾ ਇੱਕ ਫੁਰਨਾ ਸੀ ਉਸ ਟਾਈਮ ਤੇ, ਕਿਉਂਕਿ ਛੋਟਾ ਹੀ ਘਰੇ ਤਸਵੀਰ ਲੱਗੀ ਹੋਣੀ, ਅੱਛਾ, ਮੈਂ ਪੁੱਛਣਾ ਕਿਸੇ ਨੂੰ, ਮੇਰੇ ਮਨ ਦੇ ਵਿੱਚ ਉਹ ਗੱਲ ਘੁੰਮਣੀ ਕਿ ਜਿਹੜਾ ਲੱਕੜ ਦਾ ਆ ਗੁਰਦੁਆਰਾ ਸਾਹਿਬ
ਤੁਹਾਨੂੰ ਸੱਚ ਦੱਸ ਰਿਹਾ, ਤਿੰਨ ਚਾਰ ਅੱਛਾ ਮਹੀਨੇ ਮੇਰੇ ਮਨ ਚ, ਮੈਨੂੰ ਅੱਜ ਇਹ ਗੱਲ ਚੇਤੇ ਆ ਗਈ ਦੁਬਾਰਾ ਫੇਰ, ਅੱਗੇ ਜੀ ਕਦੇ ਚੇਤੇ ਜਦੋਂ ਹੇਮਕੁੰਟ ਸਾਹਿਬ ਦਰਸ਼ਨ ਕਰਨ ਜਾਈਦਾ ਮੈਨੂੰ ਚੇਤਾ ਹੁੰਦਾ, ਤੇ ਜੀ ਮੈਂ ਮਹਾਰਾਜ ਅੱਗੇ ਹੱਥ ਜੋੜੇ ਕਿ ਸੱਚੇ ਪਾਤਸ਼ਾਹ ਮੈਂ ਗੁਰਦੁਆਰੇ ਦਰਸ਼ਨ ਕਰਨੇ ਆ, ਕਿਆ ਬਾਤ ਹੈ। ਤੇ ਅਰਦਾਸ ਨੇ ਉੱਥੇ ਕੈਂਪ ਲਾਇਆ ਜੀ ਐਤਕੀ 8ਵੀਂ ਵਾਰੀ, ਅੱਛਾ ਤੇ ਇਹਦੇ ਵਿੱਚ ਜਿੱਦਾਂ ਤੀਰ ਸਿੰਘ ਠਵਾਲ, ਗੋਪਾ ਬੈਂਸ, ਕੰਤਾ ਧਾਲੀਵਾਲ, ਜੀ ਸ਼ਰਨਦੀਪ ਸਿੰਘ ਵੀਰ ਜੀ ਡੇਲੀ ਖਬਰ ਵਾਲੇ, ਇਹਨਾਂ ਦਾ ਬਹੁਤ ਵੱਡਾ ਸਾਥ ਹੈ, ਕਿਉਂਕਿ ਉੱਥੇ ਇਦਾਂ ਨਹੀਂ ਪਹੁੰਚਿਆ ਜਾਂਦਾ, ਜੀ ਉੱਥੇ ਪਹੁੰਚਣ ਲਈ ਮਾਇਆ ਦੀ ਲੋੜ ਪੈਂਦੀ ਆ, ਤੇ ਆ ਮੈਂ ਤੁਹਾਨੂੰ ਸੱਚ ਦੱਸ ਰਿਹਾ ਕਿਉਂਕਿ ਸੰਗਤ ਜਿਹੜਾ ਉਹ ਕਾਫੀ ਜ਼ਿਆਦਾ ਐਤਕੀ ਸਾਥ ਸੰਗਤ ਨੇ ਦਿੱਤਾ, ਅੱਛਾ ਕਿਉਂਕਿ ਜੀ ਜਦੋਂ ਸ਼ੁਰੂਆਤ ਸੀ ਉਦੋਂ ਕੋਈ ਨਹੀਂ ਸੀ ਪੁੱਛਦਾ, ਕਿਉਂਕਿ ਜੇ ਇੱਕ ਬੰਦਾ ਵੀ ਜਾਂਦਾ ਹੈ ਤੇ 4-5 ਹਜ਼ਾਰ ਰੁਪਇਆ ਲੱਗਦਾ, ਤੇ ਬਿਲਕੁਲ ਜਿਹੜੇ ਸਹੀ ਬੱਚੇ ਮੇਰੇ ਨਾਲ ਵਿਚਰਦੇ ਆ ਉਹ ਘਰੋਂ ਬਹੁਤ ਛੋਟੇ ਛੋਟੇ ਬੱਚੇ ਜਿਹੜੇ ਦਸਤਾਰਾਂ ਸਜਾਉਂਦੇ ਆ, 8-10 ਜਣੇ ਜਾਂਦੇ ਆ, ਫਿਰ ਜੀ ਉਹਨਾਂ ਦਾ ਖਰਚਾ ਜਿਹੜਾ ਚੁੱਕਣਾ ਪੈਂਦਾ ਹੈ, ਫਿਰ ਦਸਤਾਰਾਂ ਦੇ ਥਾਨ ਜਿਵੇਂ ਇੱਕ ਥਾਨ 2800, 2900, 3000 ਦਾ, 2500 ਦਾ, 2200 ਦਾ ਵੀ ਥਾਨ ਆ ਜਾਂਦਾ, ਜੀ ਫਿਰ ਉਹ 20-25 ਥਾਨ ਖੜਨੇ ਪੈਂਦੇ ਆ, ਫਿਰ ਉੱਤੇ ਜਾ ਉੱਤੇ ਖੜਨੇ 1 ਕਿਲੋ ਭਾਰ ਖੜਨਾ ਬੜਾ ਔਖਾ ਹੈ, ਤੇ ਮਤਲਬ ਸਾਡੇ ਕੋਲ ਆਪਣੇ ਕੱਪੜੇ ਵੀ ਹੁੰਦੇ ਆ, ਤੇ ਦਸਤਾਰਾਂ ਦੇ ਥਾਨ ਵੀ ਲੈ ਕੇ ਜਾਣਾ, ਜੇ ਆਪਾਂ ਘੋੜਾ ਕਰਦੇ ਆ ਉੱਥੋਂ ਉਹ 3500, ਮਤਲਬ 3000 ਘੋੜੇ ਵਾਲਾ ਮਤਲਬ ਇੱਕ ਰੈਂਟ ਲੈਂਦਾ ਹੈ ਕਿ ਉੱਤੇ ਖੜਨ ਦਾ ਵੀ ਰਸਤੇ ਤੇ ਲੈ ਕੇ ਜਾਣਾ ਹਨਾ, ਕੋਈ ਸ਼ੱਕ ਨਹੀਂ। ਤੇ ਫਿਰ ਸਭ ਤੋਂ ਔਖੀ ਗੱਲ ਹੈ ਕਿ ਜਦੋਂ ਆਪਾਂ ਐਂਡ ਵਾਲਾ ਜਿੱਥੋਂ ਗੋਬਿੰਦ ਘਾਟ ਤੋਂ ਹਨਾ ਗੋਬਿੰਦ ਧਾਮ ਤੇ ਉੱਤੋਂ ਜਦੋਂ ਉਹ ਤਾਂ ਜਾਈਦਾ ਜ਼ਿਆਦਾ ਹਾਂ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਉੱਤੇ ਪਹੁੰਚੀਦਾ, ਜੀ ਉੱਥੇ ਤੇ ਬਰਫ਼ ਬਹੁਤ ਜ਼ਿਆਦਾ ਉੱਤੇ ਐਰਕੀ ਪਈ ਸੀ, ਜੀ ਪਿਛਲੇ ਵਾਰੀ 30-30 ਫੁੱਟ ਬਰਫ਼ ਸੀ, ਤੇ ਕੋਰੋਨਾ ਚ ਵੀ ਕੋਸ਼ਿਸ਼ ਕੀਤੀ ਪਰ ਨਹੀਂ, ਸਤਿਗੁਰੂ ਨੇ ਨਹੀਂ ਚਾਹਿਆ, ਸਾਨੂੰ ਪਰਮਿਸ਼ਨ ਨਹੀਂ ਮਿਲੀ, ਤੇ ਬਾਬਾ ਸੇਵਾ ਸਿੰਘ ਜੀ ਉੱਥੇ ਜਿਹੜੇ ਸੇਵਾ ਕਰਦੇ ਆ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਉਹ ਸੰਗਤ ਨੂੰ ਜਿੱਦਾਂ ਲਗਾਉਂਦੇ ਆ, ਫਿਰ ਉੱਥੇ ਜਾ ਕੇ ਉੱਪਰ ਤੇ ਉੱਪਰ ਕੈਂਪ ਲਾਇਆ, ਮਨ ਨੂੰ ਬੜੀ ਖੁਸ਼ੀ ਹੁੰਦੀ ਕਿਉਂਕਿ ਪਰਮਿਸ਼ਨ ਨਹੀਂ ਦਿੰਦੇ ਉਹ, ਪਰ ਅੱਛਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਮਨ 'ਚ ਬੜਾ ਉਤਸ਼ਾਹ ਪਿਆਰ ਆ, ਫਿਰ ਜਦੋਂ ਸਾਡੇ ਵੀਰ ਜਿਹੜੇ ਜਿਹੜੇ ਕੇਸਦਾਰੀ ਕਤਲ ਕਰਾਉਂਦੇ ਨੇ ਜਦੋਂ ਉੱਪਰ ਚਲੇ ਜਾਂਦੇ ਆ, ਉਹਨਾਂ ਦਾ ਮਨ ਬੜਾ ਉਹ ਹੋਇਆ ਹੁੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੱਥੇ ਇੱਥੇ ਆ ਕੇ ਤਪੱਸਿਆ ਕੀਤੀ ਆ, ਫਿਰ ਉਹ ਉੱਤੇ ਜਾ ਕੇ ਉਹਨਾਂ ਦਾ ਮਨ ਬਣ ਜਾਂਦਾ ਵੀ ਅਸੀਂ, ਫਿਰ ਉਦੋਂ ਕਹਿੰਦੇ ਗਰਮ ਲੋਹੇ ਤੇ ਸੱਟ ਮਾਰਨ ਵਾਲੀ ਗੱਲ, ਉਹ ਜ਼ਰੂਰੀ ਆ ਫਿਰ। ਫਿਰ ਉਹ ਜਦੋਂ ਸੱਟ ਉੱਥੇ ਵੱਜਦੀ, ਜਦੋਂ ਦਾਸ ਨੂੰ ਮੌਕਾ ਮਿਲਦਾ, ਸਾਰੀ ਟੀਮ, ਚਲੋ ਦਾਸ ਕੱਲਾ ਨੀ, ਸਾਰੀ ਟੀਮ ਤੇ ਜਿਹੜੇ ਇੱਥੇ ਵੀਰ ਬੈਠੇ ਜਿਹੜੇ ਸੇਵਾ ਦਿੰਦੇ ਆ, ਉਹਨਾਂ ਦਾ ਬੜਾ ਵੱਡਾ ਰੋਲ ਹੈ, ਕਿਉਂਕਿ ਮੈਂ ਜ਼ਿਆਦਾਤਰ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਜ਼ਰੀਏ ਇਹ ਵੀਰਾਂ ਨੇ ਕੇਸਦਾਰੀ ਰੱਖੇ ਆ, ਐਤਕੀ 28 ਜਣੇ ਸੀ, ਟੋਟਲ 2275 ਜਣੇ ਹੋ ਗਏ ਆ ਜੀ 2016 ਤੋਂ ਲੈ ਕੇ ਅੱਜ ਤੱਕ, ਇਹ ਅੱਛਾ ਵੇਰਵਾ ਆ, ਤੇ ਇਹਦੇ ਵਿੱਚ ਇੱਥੇ ਕਾਫੀ ਜਣੇ ਨਿਊਜ਼ੀਲੈਂਡ, ਮੈਂ ਜ਼ਿਕਰ ਨਹੀਂ ਕਰਨਾ ਉਹਨਾਂ ਵੀਰਾਂ ਦਾ ਕਿਉਂਕਿ ਮੈਂ ਜ਼ਿਕਰ ਕਰਨ ਵਾਲਾ ਮਨਾ ਕੀਤਾ ਮੈਨੂੰ, ਅੱਛਾ ਤੇ ਬਾਹਰ ਨਾ ਤੁਹਾਡੇ ਮੈਂ ਕੈਮਰੇ 'ਚ ਦੇਖ ਰਿਹਾ ਕਾਫੀ ਸਾਰੇ ਜਿਹੜੇ ਕੈਂਪ ਦੇ ਮੱਦੇਨਜ਼ਰ, ਕਿਉਂਕਿ ਕੈਂਪ ਦੇ ਵਿੱਚੋਂ ਤੁਹਾਨੂੰ ਮੈਂ ਚੋਰੀ ਕਰਕੇ ਕੁਝ ਪਲਾਂ ਲਈ ਲੈ ਕੇ ਆਇਆ ਮੁਲਾਕਾਤ ਦੇ ਲਈ, ਬਾਹਰ ਕਾਫੀ ਸਾਰੇ ਸੱਜਣ ਸਾਡੇ ਭੈਣਾਂ ਭਰਾ ਜਿਹੜੇ ਆ ਇੰਤਜ਼ਾਰ ਕਰ ਰਹੇ ਆ, ਤੇ ਆਪਾਂ ਗੱਲਬਾਤ ਨੂੰ ਥੋੜਾ ਜਿਹਾ ਸੰਕੋਚਾਂਗੇ। ਠੀਕ ਹੈ ਮੈਨੂੰ ਇਹ ਜੀ, ਦੱਸੋ ਵੀ ਤੁਹਾਡਾ ਇਸ ਵਾਰ ਦਾ ਜਿਹੜਾ ਇਹ ਟ੍ਰਿਪ ਕਿਸ ਤਰ੍ਹਾਂ ਦਾ ਰਿਹਾ, ਕਿੱਥੇ ਕਿੱਥੇ ਜਾਣ ਦਾ ਮੌਕਾ ਮਿਲਿਆ, ਤੇ ਕਿਹੜੇ ਕਿਹੜੇ ਮਿੱਤਰ ਪਿਆਰਾਂ ਦੇ ਨਾਲ ਅਗੋਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਇਹ ਤਾਂਘ ਜਿਹੜੀ ਆ ਉਹਨਾਂ ਦੇ ਮਨਾਂ 'ਚ ਪੈਦਾ ਕਰਨ 'ਚ ਸਫਲ ਰਹੇ? ਤਕਰੀਬਨ ਲਗਭਗ ਇੱਥੇ ਹੈਮਿਲਟਨ, ਜਿਵੇਂ ਟੀ ਪੁੱਕੀ, ਪਾਪਾ ਮੋਆ, ਟਰੰਗੇ, ਤੇ ਆਪਣਾ ਇੱਥੇ ਔਕਲੈਂਡ, ਜੀ ਤੇ ਇੱਦਾਂ ਗੁਰੂ ਘਰਾਂ ਦੇ ਵਿੱਚ ਵਿੱਚ ਅਲੱਗ ਅਲੱਗ ਜਿੱਥੇ ਕੈਂਪ ਲਾਉਂਦੇ, ਦਸ਼ਮੇਸ਼ ਦਰਬਾਰ, ਗੁਰਦੁਆਰਾ ਸਾਹਿਬ, ਜੀ ਕਾਫੀ ਗੁਰੂ ਘਰਾਂ ਦੇ ਵਿੱਚ ਕੈਂਪ ਲਾਉਣ ਦਾ ਮੌਕਾ ਮਿਲਿਆ। ਜੀ SBS ਸਪੋਰਟਸ ਕਲੱਬ, ਤੀਰਥ ਠਵਾਲ ਜੀ ਭਾਜੀ ਉਹਨਾਂ ਦੇ ਜਿੱਥੇ ਦਫ਼ਤਰ ਜਿਹੜਾ ਉਹਨਾਂ ਦਾ, ਉੱਥੇ ਉੱਥੇ ਆਪਾਂ ਕੈਂਪ ਲਾਇਆ, ਜੀ ਜਿੱਥੇ ਉਹਨਾਂ ਦੀ ਸ਼ੋਪ ਹੈ ਇੰਡੋ ਸਪਾਈਸ, ਉੱਥੇ ਕੈਂਪ ਲਾਇਆ, ਫਿਰ ਤੁਹਾਡੇ ਇੱਥੇ, ਫਿਰ ਡੇਲੀ ਖਬਰ ਦੇ ਦਫ਼ਤਰ ਦੇ ਵਿੱਚ, ਤੇ ਬਹੁਤ ਜ਼ਿਆਦਾ ਬੱਚੇ ਜਿਨ੍ਹਾਂ ਦੇ ਘਰਾਂ ਦੇ ਵਿੱਚ, ਕਿਉਂਕਿ ਸ਼ਰਨ ਭਾਜੀ ਮੈਨੂੰ ਕਹਿੰਦੇ ਸੀ ਕਿ ਕਿਸੇ ਮੈਨੂੰ ਤੂੰ ਮੋੜਨਾ ਨਹੀਂ, ਮਤਲਬ ਜਿਹੜਾ ਮਰਜ਼ੀ ਹੋਵੇ ਉਹਨਾਂ ਨੂੰ ਭਾਵੇਂ ਕਹਿਣ ਵੀ ਸਾਡੇ ਘਰੇ ਸਿਖਾਓ, ਕਿਉਂਕਿ ਬੱਚਾ ਇੱਕ ਦਸਤਾਰ ਦੇ ਨਾਲ ਜੁੜਨਾ ਬੜਾ ਜ਼ਰੂਰੀ ਹੈ। ਮੈਂ ਵੀਰ ਜੀ ਨੂੰ ਇੱਕ ਬਹੁਤ ਮੇਰੇ ਮਨ ਦੇ ਵਿੱਚ ਵੱਡੀ ਗੱਲ ਹੈ ਕਿ ਉਹਨਾਂ ਨੇ, ਮੈਂ ਉਹਨਾਂ ਨੂੰ ਦਿਲੋਂ ਪਿਆਰ ਕਰਦਾ ਕਿ ਉਹਨਾਂ ਦੇ ਕਰਕੇ ਤੁਹਾਡੇ ਦਰਸ਼ਨ ਹੋਏ ਆ, ਜਿੰਨੇ ਨਿਊਜ਼ੀਲੈਂਡ ਵਾਲੇ ਵੀਰ ਹੈ, ਸ਼ਰਨ ਭਾਈ ਦੀ ਬਦੌਲਤ ਅੱਜ ਮੈਂ ਇੱਥੇ ਬੈਠਾ ਹਾਂ, ਕੋਈ ਤੇ ਸ਼ੱਕ ਕੈਨੇਡਾ ਦੀ ਧਰਤੀ ਤੇ ਵੀ ਉਹਨਾਂ ਦੀ ਬਦੌਲਤ ਮੈਂ ਗਿਆ ਸੀ, ਜੀ ਉਹਨਾਂ ਦੀ ਬਦੌਲਤ ਦੁਨੀਆ ਭਰ ਵਿੱਚ ਜਿਹੜਾ ਪਿਆਰ ਸਤਿਕਾਰ ਮਿਲਦਾ ਹੈ, ਤੇ ਬੱਚਿਆਂ ਦੇ ਸਿਰ ਤੇ ਜਿਹੜੇ ਬੱਚੇ ਜੁੜਦੇ, ਇੱਕ ਉਹਨਾਂ ਦੀ ਬਦੌਲਤ ਮੈਂ ਉਹਨੂੰ, ਮੈਂ ਇੱਕ ਜ਼ਰੂਰ ਹੋਰ ਨਹੀਂ। ਸੱਜਣ ਸਾਡੇ ਵਾਂਗੂ ਤੁਹਾਡੇ ਨਾਲ ਜੁੜੇ ਹੋਏ ਆ, ਦਵਿੰਦਰ ਸਿੰਘ ਢਿੱਲੋਂ। ਹਾਂਜੀ 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 ਹਾਂਜੀ, ਉਹਨਾਂ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਭਾਜੀ, ਕੁਲਤਾਰ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਤੁਹਾਨੂੰ, ਸਤਿ ਸ੍ਰੀ ਅਕਾਲ ਜੀ, ਉਹ ਕਹਿੰਦੇ ਗੁਰਜੀਤ ਭਾਜੀ ਇਜ਼ ਦ ਬੈਸਟ, ਬਸ ਧੰਨਵਾਦ ਜੀ, ਸ਼ੁਕਰੀਆ ਜੀ। ਇਹ ਦੇਖੋ ਇਹ ਜਿਹੜਾ ਇਤਫਾਕ ਆ ਇਸੇ ਤਰ੍ਹਾਂ ਬਣਿਆ ਰਹੇ, ਵੱਡੀ ਗੱਲ ਇਹ ਆ ਵੀ ਜਿਹੜੀ ਤੁਹਾਡੀ ਨਿਮਰਤਾ, ਤੁਹਾਡੀ ਕਲਾ, ਇਹਨੂੰ ਸਲਾਮ ਆ, ਔਰ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਆ ਕਿ ਆਪਣੇ ਸਿੱਖੀ ਸਰੂਪ 'ਚ ਰਹਿੰਦੇ ਆ। ਕਈ ਵਾਰੀ ਕਈ ਹੁਨਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਬਹੁਤ ਲਿਮਿਟਡ ਰਹਿ ਜਾਂਦੇ ਆ, ਲੇਕਿਨ ਤੁਸੀਂ ਇਸ ਲਿਮਿਟਡ ਹੁਨਰ ਦੇ ਵਿੱਚ ਵੀ ਦੁਨੀਆ ਭਰ ਦੇ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ, ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ। ਕੋਈ ਅਜਿਹੀ ਘਟਨਾ, ਕੋਈ ਅਜਿਹੀ ਦਿਲਚਸਪ ਗੱਲਬਾਤ ਜਿਹੜੀ ਤੁਹਾਨੂੰ
ਤੇ ਵੈਨਕੂਵਰ ਦੀ ਧਰਤੀ ਤੇ ਇੱਕ ਛੋਟਾ ਜਿਹਾ ਬੱਚਾ ਸੀ ਕੋਈ 6 ਸਾਲ ਦਾ, ਤੇ ਉਹਦੀ ਮੰਮੀ ਜੀ ਨੂੰ ਲੈ ਕੇ ਆ ਜਾਂਦੇ ਕਿ ਮੈਂ ਕੋਸ਼ਿਸ਼ ਕਰਦੀ ਹਾਂ ਦਸਤਾਰ ਇਹਨੂੰ ਸਿਖਾਉਣ ਦੀ ਤੇ ਇਹਨੂੰ ਜਾਚ ਨਹੀਂ ਆਉਂਦੀ, ਤੇ ਜੇ ਤੁਸੀਂ ਸਿਖਾ ਸਕਦੇ ਤਾਂ ਦੱਸੋ। ਤੇ ਮਤਲਬ ਉਹਨਾਂ ਟਾਈਮ ਲਿਆ ਤੇ ਗੁਰਦੁਆਰਾ ਸਾਹਿਬ ਆ ਗਏ, ਤੇ ਜਦੋਂ ਪਹੁੰਚੇ ਉਹਨਾਂ ਨੂੰ ਦਸਤਾਰ ਸਜਾਈ, ਬੱਚੇ ਨੂੰ ਜਾਣ ਕੇ ਦਸਤਾਰ ਸਜਾਤੀ। ਜ਼ਿਆਦਾਤਰ 90% ਵੀਰਾਂ ਦੇ ਜਿਹੜੇ ਮੈਨੂੰ ਲੱਗਦਾ ਕਿ ਜਿਹੜੇ ਸਜਾਉਂਦੇ ਉਹਨਾਂ ਦੇ ਨਹੀਂ, ਪਰ ਕਈਆਂ ਨੂੰ ਦਸਤਾਰ ਟੈਟ ਲੱਗਦੀ ਆ, ਬੜੀ ਪ੍ਰੋਬਲਮ ਹੁੰਦੀ ਆ ਕੇਸਾਂ ਦੀ, ਦਸਤਾਰ ਟੈਟ ਲੱਗਣੀ। ਉਹ ਬੱਚੇ ਨੂੰ ਜਾਣ ਗਿਆ, ਫਿਰ ਜਦੋਂ ਸ਼ਾਮ ਦੇ 8 ਵਜੇ ਦਸਤਾਰ ਸਜਾ ਕੇ ਭੇਜਤਾ, ਉਹ ਘਰ ਜਾ ਕੇ ਜਿੱਦ ਪੈ ਗਿਆ। ਉਹਦੀ ਮੰਮੀ ਕਹਿੰਦੀ ਕਿ ਪੁੱਤ 11 ਵੱਜ ਗਏ ਆ ਤੇ ਸੌਂ ਜਾ, ਦਸਤਾਰ ਖੋਲ ਦੇ। ਕਹਿੰਦਾ ਨਹੀਂ, ਦਸਤਾਰ ਨਹੀਂ ਖੋਲਣੀ। ਉਹਨਾਂ ਨੇ ਅਗਲੇ ਦਿਨ ਮੈਨੂੰ ਆਣ ਕੇ ਦੱਸਿਆ, ਨਾਲ ਬੱਚਾ ਆਇਆ, ਉਹ ਅੱਛਾ 6 ਸਾਲ ਦਾ ਬੱਚਾ, ਕਿਤੇ ਕਿੱਡਾ ਘੁੰਦਾ, ਉਹਨੇ ਦਸਤਾਰ ਨਹੀਂ ਖੋਲੀ। ਅੱਛਾ ਜੀ। ਫਿਰ ਉਹ ਜਦੋਂ ਅਗਲੇ ਦਿਨ ਉਸੇ ਟਾਈਮ ਤੇ ਕੈਂਪ ਸੀ, ਮਤਲਬ 6 ਵਜੇ ਕੈਂਪ ਸੀ ਇਹ ਤੋਂ 8 ਵਜੇ ਤੱਕ, ਤੇ 6 ਵਜੇ ਉਹ ਪਹੁੰਚੇ, ਉਹੀ ਦਸਤਾਰ ਜਿਹੜੀ ਉਹਨੇ ਉਦਾਂ ਹੀ ਨਿਸ਼ਾਨ ਕੀਤਾ, ਉਦਾਂ ਹੀ। ਮਤਲਬ ਮੇਰੇ ਮਨ ਚ ਇੱਕ ਫੁਰਨਾ ਆਇਆ ਕਿ ਮਹਾਰਾਜ ਆਪਣਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਪ੍ਰਤੱਖ ਨੇ, ਦੁਨੀਆਂ ਨੂੰ ਪਤਾ ਲੱਗ ਜਾਏਗਾ ਕਿ ਜਿਹੜੀ ਦਸਤਾਰ ਹੈ ਸਾਡੇ ਸਰੀਰ ਦਾ ਅੰਗ ਆ, ਪਾਰਟ ਹੈ ਸਾਡੇ ਸਰੀਰ ਕੀ ਬਾਤ ਆ। ਉਥੋਂ ਉਹ ਬੱਚੇ ਤੋਂ ਜਿਹੜੀ ਕੁਦਰਤ ਨੂੰ, ਉਹ ਛੋਟੇ ਜਿਹੇ ਬੱਚੇ ਜਿਹੜਾ ਪ੍ਰਮਾਤਮਾ ਰੱਬ ਵੱਸਦਾ ਸੀ, ਉਹ ਬੱਚੇ ਨੇ ਦਸਤਾਰ ਨਹੀਂ ਖੋਲੀ, ਤੇ ਬੜਾ ਮੇਰਾ ਮਨ ਜਿਹੜਾ ਉਹ ਜੁੜਿਆ ਕਾਫੀ ਅਰੀ। ਜਿੱਦਾਂ ਮਤਲਬ ਫਤਿਹਗੜ੍ਹ ਸਾਹਿਬ ਦੀ ਧਰਤੀ ਦੀ ਐਰਕੀ ਸ਼ਹੀਦੀ ਦਿਨ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਲੰਘੇ ਨੇ, 4 ਦਿਨ ਦਾ ਸਾਡਾ ਕੈਂਪ ਹੁੰਦਾ, ਮੇਰਾ ਵੀਰ ਸਾਹਿਬ ਨੇ ਉੱਥੇ ਕੈਂਪ ਲਾਇਆ, ਰਾਵੜੇ ਲਾਵੜੇ ਜੱਗੀ ਆ, ਕਾਫੀ ਜਿਹੜੇ ਵੀਰ ਕਿੰਗ ਵੀਰ ਜੀ ਉਹਨਾਂ ਨੇ ਉਹ ਜਿਹੜੇ ਕੈਂਪ ਉਹਨਾਂ ਲਾਏ ਨੇ, ਕਿਉਂਕਿ ਮੈਂ ਇੱਥੇ ਸੀ, ਉਹਨਾਂ ਨੇ ਫਿਰ ਵੀ ਮਗਰੋਂ ਸੇਵਾਵਾਂ ਨਿਭਾਈਆਂ। ਗੋਪੇ ਭਾਈ ਨੇ, ਕੰਤੇ ਭਾਈ ਨੇ ਬਹੁਤ ਮਤਲਬ ਸੇਵਾਵਾਂ ਦਿੰਦੇ ਨੇ ਕਿ ਜਿਹੜੇ ਸੇਵਾ ਭੇਜਦੇ ਨੇ, ਤੇ ਤੀਰਥ ਭਾਜੀ ਵੀ, ਸ਼ਰਨ ਭਾਜੀ ਵੀ, ਤੇ ਉਹ ਕੈਂਪ ਜਦੋਂ ਮਗਰੋਂ ਲਾਇਆ ਉਹਨਾਂ ਨੇ, ਤੇ ਬੜੀ ਖੁਸ਼ੀ ਹੁੰਦੀ ਉੱਥੇ ਹਰ ਵਾਰੀ। ਮਤਲਬ ਇੱਕ ਭੈਣ ਬਾਰ ਬਾਰ ਆਵੇ, ਫਿਰ ਮੁੜ ਜੇ, ਫਿਰ ਆਵੇ, ਫਿਰ ਮੁੜ ਜੇ, ਉਹ ਮਤਲਬ ਵੇਖਦੀ ਸੀ। ਅੱਛਾ। ਮੈਨੂੰ ਮੇਰਾ ਧਿਆਨ ਪੈ ਗਿਆ, ਉਹ ਘੱਟ ਤੋਂ ਘੱਟ ਵੀ 8-10 ਵਾਰਾਂ ਭੈਣ ਉਹ ਆਈ, ਉਹ ਰੋਪੜ ਦੀ ਆ ਭੈਣ, ਮੈਨੂੰ ਯਾਦ ਆ, ਤੇ ਹੁਣ ਉਹ ਦਮਾਲਾ ਸਜਾਉਂਦੀ ਆ। ਉਹਨੂੰ ਕਹਿ ਵੀ ਜ਼ਿਕਰ ਨਾ ਕਰੇ, ਪਰ ਮੈਂ ਤੁਹਾਡੇ ਚੈਨਲ ਤੇ ਇੱਕ ਜ਼ਿਕਰ ਉਹ ਭੈਣ ਦਾ ਕਰਦਾ। ਕੀ ਬਾਤ ਆ। ਕਿ ਉਹ ਭੈਣ ਜਦੋਂ 10ਵੀਂ ਵਾਰਾਂ ਮੇਰੇ ਕੋਲ ਪਹੁੰਚੀ, ਉਹ ਉਹਨੇ ਆਈਬ੍ਰੋ ਬਣਾਏ। ਅੱਛਾ। ਉਹ ਆਂਦੀ ਕਿ ਮੈਂ ਮਤਲਬ ਮੇਕਅਪ ਕਰਦੀ ਆ, ਮੈਂ ਤੁਹਾਨੂੰ ਸੱਚ ਦੱਸ ਰਿਹਾ ਕਿ ਉਹਨੇ ਇਹ ਚੀਜ਼ ਕਹੀ ਕਿ ਮੈਂ ਮੇਕਅਪ ਕਰਦੀ ਆ, ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਦਮਾਲਾ ਇਦਾਂ ਸਜਾਵਾਂ, ਪਰ ਮੈਂ ਵੀਰ ਜੀ ਅੱਜ ਤੋਂ ਬਾਅਦ ਆਪਣੇ ਜਿਹੜੇ ਆ ਮੈਂ ਸਭ ਸੂਰਤ ਦਮਾਲਾ ਸਜਾਇਆ ਕਰਾਂਗੀ, ਕੀ ਮੈਨੂੰ ਦਮਾਲੇ ਦੀ ਜਾਂਚ ਆ ਸਕਦੀ ਹੈ? ਆਹਾ। ਤੇ ਮਤਲਬ ਉੱਥੇ ਦਮਾਲਾ ਭੈਣ ਨੇ ਸਜਾਇਆ, ਉਹਦੀ ਫੋਟੋ ਖਿੱਚੀ, ਨਾਲ ਉਹ ਭੈਣ ਫਿਰ ਚਲੀ ਗਈ, ਫਿਰ ਉਹਨੂੰ ਸਪੈਸ਼ਲੀ ਜਿਹੜੀ ਵੀਡੀਓ ਆ ਬਣਾ ਕੇ ਭੇਜੀ, ਤੇ ਉਹਨੇ 2 ਪੱਲੇ ਭੈਣ ਨੇ ਲਾਏ, ਤੇ ਉਹਨੂੰ ਮੈਂ ਕਿਹਾ ਕਿ ਤੁਸੀਂ ਜ਼ਰੂਰ ਬਾਣੀ ਸੁਣਿਆ ਕਰੋ ਜਦੋਂ ਦਸਤਾਰ ਸਜਾਉਣੀ, ਜੀ ਤੇ ਤੁਸੀਂ ਵਿਸ਼ਵਾਸ ਕਰ ਨਹੀਂ ਸਕਦੇ ਕਿ ਵਾਹਿਗੁਰੂ ਦੀ ਕਿਰਪਾ ਨਾਲ ਉਹਨੇ 3ਜੇ ਦਿਨ ਦਮਾਲਾ ਸਜਾਤਾ ਸੀ, ਬਹੁਤ ਸੋਹਣਾ। ਆਪੇ ਮੈਨੂੰ ਵਿਸ਼ਵਾਸ ਨਾ ਹੋਵੇ, ਜਿੱਦਾਂ ਦਾ ਇਧਰੋਂ ਸਜਾ ਕੇ ਭੇਜ, ਛੋਟਾ ਜਿਹਾ ਮੈਂ ਕਲਿੱਪ ਭੇਜਿਆ, ਉਹਨੇ ਮਤਲਬ ਮੈਨੂੰ ਫਿਰ ਵੀਡੀਓ ਕਾਲ ਤੇ ਵਖਿਆ, ਵੀਰ ਜੀ ਵੇਖੋ ਦੱਸੋ ਮੈਨੂੰ, ਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਜਦੋਂ ਇਦਾਂ ਦੇ ਵੀਰ ਭਰਾ ਭੈਣ ਜੁੜਦੇ ਆ, ਤੇ ਬੜੀ ਮਨ ਨੂੰ। ਹਮਿਲਟਨ ਤੋਂ ਸਾਡੇ ਭੈਣ ਜੀ ਜੁੜੇ ਹੋਏ, ਕਮਲਜੀਤ ਸੰਘੇੜਾ ਹੁਣੀ। ਅੱਛਾ ਜੀ। ਤੁਸੀਂ ਕਾਫੀ ਸਮਾਂ ਹਮਿਲਟਨ ਦੇ ਵਿੱਚ ਵੀ ਗੁਜ਼ਾਰਿਆ, ਚਮਕੌਰ ਗਿੱਲ ਚੰਨਣਵਾਲ ਜ਼ਿਲ੍ਹਾ ਬਰਨਾਲਾ ਪੰਜਾਬ ਤੋਂ ਜੁੜੇ ਹੋਏ ਨੇ, ਧੰਨਵਾਦ ਜੀ, ਧੰਨਵਾਦ। ਰਾਜਨਦੀਪ ਔਜਲਾ ਜੀ ਜੁੜੇ ਹੋਏ ਨੇ, ਵੀਰ ਗੁਰਵਿੰਦਰ ਸਿੰਘ ਜੁੜੇ ਹੋਏ ਆ, ਹੋਰ ਬਹੁਤ ਸਾਰੇ ਮਿੱਤਰ ਪਿਆਰੇ ਜਿਹੜੇ ਤੁਸੀਂ ਲਾਈਵ ਹੋਏ ਸੀ, ਉਹਦੇ ਵਿੱਚ ਤੁਸੀਂ ਬਹੁਤ ਤਕਨੀਕੀ ਗੱਲਾਂ ਦੱਸੀਆਂ। ਖਾਸ ਤੌਰ ਤੇ 2 ਪੁਆਇੰਟ ਮੈਂ ਕੁਇਕਲੀ ਜਾਣਨਾ ਚਾਹੁੰਦਾ। ਇੱਕ ਤਾਂ ਜਦੋਂ ਪੂਣੀ ਕਰਨੀ ਆ, ਉਦੋਂ ਕੀ ਖਿਆਲ ਰੱਖਣਾ ਆਪਾਂ ਕਿ ਜਿਹੜੀ ਸੀਣ ਆ ਆਪਾਂ ਕਿਤੇ ਲੱਗੀ ਹੋਈ, ਉਹ ਉੱਪਰੋਂ ਲੜਾਂ ਦੇ ਵਿੱਚ ਪ੍ਰਤੱਖ ਤੌਰ ਤੇ ਨਜ਼ਰ ਨਾ ਆਵੇ, ਓਹਲੇ ਹੋ ਜਾਏ। ਤੇ ਦੂਜੀ ਗੱਲ ਜਿਹੜੀ ਮੈਂ ਕੁਇਕਲੀ ਦੱਸਦਿਆਂ, ਮੈਂ ਇਹ ਜ਼ਰੂਰ ਚਾਹੁੰਦਾ ਵੀ ਕਈ ਵਾਰੀ ਨਾ ਆਖਰੀ ਲੜ ਜਾਂ ਆਖਰੀ ਪੱਲਾ ਜਿਹੜਾ ਉਹ ਪਿੱਛੇ ਮੈਂ ਦੇਖਿਆ ਉਹ ਮੁੜ ਜਾਂਦਾ, ਤੇ ਉਹਨੂੰ ਸਿੱਧਾ ਕਿਵੇਂ ਰੱਖਣਾ ਹੈ? ਨਹੀਂ ਤਾਂ ਉਹ ਬੰਦੇ ਨੂੰ ਘੋਲ ਜੀ ਆਉਂਦੀ ਰਹਿੰਦੀ ਵੀ ਲੈ ਯਾਰ ਵੀ ਆਖਰੀ ਪੱਲਾ ਜਿਹੜਾ ਉੱਤੇ ਵਲ ਪੈ ਗਿਆ। ਇਹਦੀਆਂ 2 ਗੱਲਾਂ ਨੇ ਜੀ। ਜੀ। ਪਹਿਲੀ ਗੱਲ ਤੇ ਇਹ ਕਿ ਤੁਸੀਂ ਜਦੋਂ ਦਸਤਾਰ ਸਜਾਉਣੀ, ਜਿਹੜੀ ਸੀਨ ਵਾਲੀ ਹੁੰਦੀ ਆ, ਵੀਡੀਓ ਤੁਹਾਡੇ ਚੈਨਲ ਤੇ ਪਾਈ ਆ, ਤੁਸੀਂ ਵੇਖ ਸਕਦੇ ਹੋ ਜੀ, ਦੁਬਾਰਾ ਵੀ ਤੁਸੀਂ ਮੈਨੂੰ ਲੱਗਦਾ ਪਾਓਗੇ ਫਿਰ ਜਿਹੜੀ ਰਿਕਾਰਡ ਕੀਤੀ ਆ, ਹਨਾ, ਬਿਲਕੁਲ, ਕਿਉਂਕਿ ਸਾਰਿਆਂ ਨੂੰ ਸੌਖਾ ਹੋ ਜਾਏਗਾ। ਉਹਦੀ ਸੀਨ ਨੂੰ ਹਮੇਸ਼ਾ ਸੱਜੇ ਵਾਲੇ ਹੱਥ ਰੱਖਣਾ, ਜਿਹੜੀ ਸਲਾਈ ਆ, ਜਿਹੜਾ ਪੱਗ ਜਿੱਧਰੋਂ ਬੰਨੀ ਆ ਉਧਰ ਵੀ, ਉਧਰੋਂ ਵੀ ਸੱਜੇ, ਜਿਹੜੇ ਫੜੀ ਆ ਉਧਰੋਂ ਵੀ, ਆਪਣੇ ਵੀ ਸੱਜੇ ਹੱਥ, ਠੀਕ ਹੈ ਜੀ, ਆਪਣੇ ਸੱਜੇ ਹੱਥ ਸੀਨ ਰੱਖਣੀ ਜ਼ਰੂਰੀ ਆ। ਦਸਤਾਰ ਤੁਹਾਡੀ ਸਿਰਫ ਇੰਨੀ ਕੁ ਉਧਰੋਂ ਵੱਧ ਹੋਵੇ ਤੇ ਇੰਨੀ ਕਿਧਰੋਂ ਵੱਧ ਹੋਵੇ, ਦੋਨਾਂ ਪਾਸੋਂ ਬਰਾਬਰ ਹੋਵੇ। ਜੇ ਤੁਹਾਡੀ ਦਸਤਾਰ ਲੋੜ ਤੋਂ ਵੱਧ ਆ, 1/2 ਮੀਟਰ ਕੱਪੜਾ ਵੱਧ ਆ, ਫਿਰ ਤੁਹਾਡੇ ਪੇਚਾਂ 'ਚ ਸੀਨ ਆਉਣੀ ਆਉਣੀ। ਹਾਂ, ਇਹ ਚੀਜ਼ ਨੋਟ ਕਰ ਲਓ, ਸੀਨ ਨੂੰ ਸੱਜੇ ਵਾਲੇ ਹੱਥ, ਕਿਉਂਕਿ ਕਈ ਵਾਰ ਆਪਾਂ ਕੀ ਕਰਦੇ ਹਾਂ, ਸਾਡਾ ਪੱਲਾ ਮੂੰਹ 'ਚ ਪਾਉਂਦੇ ਹਾਂ, ਇਹਨੂੰ ਆਪਾਂ 1 ਗਿੱਠ ਛੱਡ ਲੈਂਦੇ ਹਾਂ, ਹਾਂਜੀ, ਉਧਰੋਂ ਵੀ 1 ਗਿੱਠ ਵੱਜ ਜਾਂਦਾ ਹੈ, ਫਿਰ ਪੇਚਾਂ 'ਚ ਸੀਨ ਆ ਜਾਣੀ। ਅੱਛਾ, ਫਿਰ ਆਉਣੀ ਆਉਣੀ। ਤੇ ਜੇ ਤੁਸੀਂ ਪੂਰਾ ਪੂਰਾ ਰੱਖਦੇ, ਇੰਨਾ ਕੁ ਰੱਖਦੇ ਇਧਰੋਂ, ਇੰਨਾ ਵੀ ਉਧਰੋਂ ਲਾਸਟ ਵਾਲਾ ਆ ਗਏ, 1 ਮੀਟਰ ਦੀ ਦਸਤਾਰ ਲੈਣੀ ਚਾਹੀਦੀ ਹੈ, ਕਿਹੜਾ ਕੱਪੜਾ ਲੈਣਾ ਚਾਹੀਦਾ, ਮੈਂ ਤੁਹਾਨੂੰ ਇੱਦਾਂ ਦੱਸ ਦਿੰਦਾ, ਵਿਮਲ ਰੂਬੀਆ ਪਲੇਨ ਕੱਪੜਾ। ਜੇ ਬੱਚਿਆਂ ਨੂੰ ਪੱਗ ਦਿੰਦੇ ਹੋ, ਫੁੱਲਵੈਲ ਕੱਪੜਾ ਦੇਣਾ ਹੈ, ਉਹ ਵੀ ਵਿਮਲ ਦਾ ਫੁੱਲਵੈਲ, ਠੀਕ ਹੈ ਜੀ। ਇਹ 2 ਚੀਜ਼ਾਂ ਨੋਟ ਕਰ ਲਓ, ਜੇ ਤੁਹਾਨੂੰ ਨਹੀਂ ਪਤਾ ਲੱਗਦਾ
ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ, ਤੁਹਾਡੇ ਘਰ ਦਸਤਾਰਾਂ ਪਹੁੰਚ ਜਾਣਗੀਆਂ। ਵੈਸੇ ਵੀ ਤੁਸੀਂ ਡੇਲੀ ਖਬਰ ਦੇ ਦਫ਼ਤਰ ਚੋਂ ਜਿਹੜੇ ਵੀ ਜੀ ਜਿਵੇਂ ਦਸਤਾਰ ਲੈਣੀ ਆ ਤੁਸੀਂ ਉੱਥੋਂ ਅੱਛਾ ਲੈ ਸਕਦੇ ਹੋ, ਮੇਰੀਆਂ ਉੱਥੇ ਦਸਤਾਰਾਂ ਕਾਫੀ ਕੋਈ 250 ਦਸਤਾਰ ਉੱਥੇ ਪਈ ਰਹਿੰਦੀ ਆ ਵੀਰ ਜੀ ਦੇ ਕੋਲ, ਤੇ ਅੱਛਾ ਤੁਸੀਂ ਉੱਥੋਂ ਵੀ ਲੈ ਸਕਦੇ ਹੋ, ਕੋਈ ਨੀ। ਕੋਈ ਮੈਂ ਕੋਸ਼ਿਸ਼ ਆ ਕਿ ਜਿੱਥੇ ਮੈਂ ਜਾਣਾ, ਕਿਉਂਕਿ ਜ਼ਿਆਦਾਤਰ ਕੱਪੜੇ ਦੀ ਪ੍ਰੋਬਲਮ 90% ਹੁੰਦੀ। ਤੁਸੀਂ ਸ਼ਰਟਾਂ ਬਹੁਤ ਸੋਹਣੀਆਂ, ਪੈਂਟਾਂ ਬਹੁਤ ਸੋਹਣੀਆਂ, ਕੁੜਤੇ ਪਜਾਮੇ, ਕਦੇ ਤੁਸੀਂ ਇਹ ਚੀਜ਼ ਨੋਟ ਕੀਤੀ, ਡਾਕਟਰ ਫੈਮਿਲੀ ਤੁਹਾਡਾ ਇੱਕ ਹੈ, ਸਾਰਾ ਕੁਛ ਇੱਕ ਆ, ਜਿੱਥੋਂ ਤੁਸੀਂ ਕਰਿਆਨੇ ਦਾ ਸਮਾਨ ਲੈਂਦੇ ਹੋ ਉਹ ਵੀ ਤੁਹਾਡਾ ਹੈ, ਇੱਕ ਜਗ੍ਹਾ ਤੋਂ ਲੈਂਦੇ ਹੋ। ਜਿਹੜੀ ਪੱਗ ਆ ਜਦੋਂ ਦਸਤਾਰ ਤੁਸੀਂ ਲੈਂਦੇ ਹੋ, ਉਹ ਦਸਤਾਰ ਤੁਸੀਂ ਕਦੀ ਕਿਤੋਂ ਲੈ ਲੈਂਦੇ ਹੋ, ਕਦੀ ਕਿਤੋਂ ਲੈ ਲੈਂਦੇ ਹੋ। ਬਿਲਕੁਲ ਸਹੀ। ਇੱਕ ਜਗ੍ਹਾ ਤੋਂ ਇੱਕ, ਜਿਹੜਾ ਇੱਕ ਜਗ੍ਹਾ ਤੋਂ ਦਸਤਾਰ ਲਿਆ ਕਰੋ, ਕਿ ਤੁਹਾਨੂੰ ਕੱਪੜੇ ਦੀ ਪਛਾਣ ਹੋ ਸਕੇ, ਉੱਤੇ ਵਿਸ਼ਵਾਸ ਹੋ ਸਕੇ। ਕੱਪੜਾ ਬਹੁਤ ਤਰ੍ਹਾਂ ਦਾ, ਜਿਹੜਾ F74, ਵਿਮਲ ਗੋਲਡ, ਮਾਥੂ ਸ਼੍ਰੀ, ਬਹੁਤ ਤਰ੍ਹਾਂ ਦਾ ਕੱਪੜਾ ਹੈ, BR ਆ, ਹਾਂਜੀ, ਨੀਲਾ ਘੋੜਾ ਆ, ਬਹੁਤ ਬ੍ਰਾਂਡ ਦੇ ਕੱਪੜੇ ਦੇ, ਪਰ ਜਿਹੜਾ ਬੈਸਟ ਮੈਨੂੰ ਲੱਗਦਾ ਕਿ ਉਹ ਵਿਮਲ ਰੂਬੀਆ ਪਲੇਨ ਕੱਪੜਾ, ਜਾਂ ਤੁਸੀਂ ਫੁੱਲ ਵੈਲ ਰੂਬੀਆ ਕੱਪੜਾ ਲੈ ਸਕਦੇ ਹੋ, ਉਹ ਜਿਹੜਾ ਬੈਸਟ ਹੈ ਵਿਮਲ ਦਾ। ਵਿਮਲ ਦਾ ਕੱਪੜਾ ਬੜਾ ਜ਼ਰੂਰੀ ਹੈ। ਜੀ, ਦੇਸ਼ਾਂ ਵਿਦੇਸ਼ਾਂ 'ਚ ਘੁੰਮਦਿਆਂ ਬਹੁਤ ਵਾਰ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਵੀ ਕਈ ਮੁਲਕ ਇੱਦਾਂ ਦੇ ਵੀ ਆ ਜਿੱਥੇ ਸਿੱਖ ਤਾਂ ਥੋੜ੍ਹੀ ਗਿਣਤੀ 'ਚ ਪਹੁੰਚ ਗਏ, ਪਰ ਉੱਥੇ ਦਸਤਾਰਾਂ ਜਿਹੜੀਆਂ ਉਹ ਸੁਖਾਲੀਆਂ ਅਵੇਲੇਬਲ ਨਹੀਂ ਹੈਗੀਆਂ। ਤੇ ਲੇਕਿਨ ਸਾਡੇ ਇਸ ਮੁਲਕ ਦੇ ਵਿੱਚ ਸਾਡੀ ਬਹੁਤ ਧੰਨ ਭਾਗ ਨੇ, ਦਵਿੰਦਰ ਸਿੰਘ ਢਿੱਲੋਂ ਲਿਖਦੇ, ਪਰਮਿੰਦਰ ਭਾਜੀ, ਗੁਰਜੀਤ ਭਾਜੀ ਦੇ ਲੋੜ ਨਿਊਜ਼ੀਲੈਂਡ ਵਿੱਚ ਹਰ ਵੇਲੇ ਹੈ, ਵਿੱਚ ਆਈ ਪ੍ਰੋਮਿਸ ਸਾਰਾ ਨਿਊਜ਼ੀਲੈਂਡ ਦਸਤਾਰ ਬੰਨਣੀ ਸ਼ੁਰੂ ਕਰ ਦੇਵੇਗਾ। ਤੇ ਕਮਲਜੀਤ ਸੰਘੇੜਾ ਭੈਣ ਜੀ ਦਾ ਵੀ ਸਤਿ ਸ਼੍ਰੀ ਅਕਾਲ ਆ ਗਈ, ਨਵ ਸਿੰਘ ਹੁਣੀ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਿਹਾ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਜੀ ਬਹੁਤ ਬਹੁਤ ਧੰਨਵਾਦ ਜੀ, ਕਿਉਂਕਿ ਬਹੁਤ ਜ਼ਿਆਦਾ ਬੱਚਿਆਂ ਨੇ ਜਿਹੜੇ ਇੱਥੇ ਉਹ ਕੇਸ ਦਾੜੀ ਰੱਖੇ ਆ, ਜੀ ਤੇ ਬੜੇ ਬੱਚੇ ਜੁੜੇ ਆ, ਐਰਕੀ ਤਕਰੀਬਨ ਕੋਈ 60-70 ਦੇ ਕਰੀਬ ਬੱਚਿਆਂ ਦਸਤਾਰਾਂ ਸਿੱਖੀਆਂ, ਜੀ ਜਿਹੜੇ ਤਕਰੀਬਨ ਕਹਿੰਦੇ ਨੇ ਕਿ ਅਗਲੀ ਵਾਰੀ ਵੀ ਆਓਗੇ ਵੇਖਿਓ, ਕੀ ਬਾਤ ਆ। ਐਰਕੀ ਜਿਹੜੇ ਪਿਛਲੇ ਬੱਚਿਆਂ ਸਿੱਖਿਆ, ਸਾਰੇ ਬੱਚਿਆਂ ਪਟਕੇ ਛੱਡ ਕੇ, ਕਈ ਵੀਰਾਂ ਦਾੜੇ ਪ੍ਰਕਾਸ਼ ਹੋ ਜਾਂਦਾ ਤੇ ਪਟਕਾ ਬੰਨਦੇ ਆ ਬੱਚੇ, ਹਾਂਜੀ ਤੇ ਹਾਂਜੀ, ਮੇਰੀ ਮੈਨੂੰ ਮਜਬੂਰੀ ਕਹਿ ਲਓ ਉਹਨਾਂ ਦੀ, ਹਾਂਜੀ, ਤੇ ਜੀ ਉਹ ਜਿਹੜੀ ਆ ਉਹ ਚੀਜ਼ ਇੱਥੇ ਖਤਮ ਹੋ ਚੁੱਕੀ ਹੈ, ਤੇ ਬਿਲਕੁਲ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਡਾ ਸਾਥ, ਸਾਰੇ ਸੰਗਤ ਦਾ, ਜੀ ਨਿਊਜ਼ੀਲੈਂਡ ਜਿਹੜੇ ਵਾਸੀ ਆ, ਭੈਣ ਭਰਾਓ, ਤੁਹਾਡਾ ਸਾਥ ਰਿਹਾ ਤੇ ਜ਼ਰੂਰ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਸਾਥ ਦੇ ਨਾਲ ਇਹ ਬਹੁਤ ਵੱਡੇ ਲੈਵਲ ਤੇ ਆਪਾਂ ਇਹਨਾਂ ਨੂੰ ਲੈ ਕੇ ਚੱਲਾਂਗੇ, ਜੀ ਇਹ ਜਿਹੜਾ ਆਪਾਂ ਸ਼ੁਰੂ ਕੀਤਾ ਹੈ, ਇੱਕ ਕਿਉਂਕਿ ਤੁਸੀਂ ਬੜੇ ਬੜੇ ਵੱਡੇ ਪ੍ਰਚਾਰਕ ਨਾਲ ਬੜਾ ਬੜਾ ਵਧੀਆ ਪ੍ਰੋਗਰਾਮ ਕਰਦੇ ਹੋ, ਜੀ ਕਬੱਡੀ ਟੂਰਨਾਮੈਂਟ ਤੇ ਕਰਦੇ ਹੋ, ਪਰ ਇੱਕ ਜਿਹੜੀ ਇਹ ਚੀਜ਼ ਆ, ਇਹ ਤੁਸੀਂ ਇਹਨੂੰ ਹਰ ਇੱਕ ਟੂਰਨਾਮੈਂਟ ਦੇ ਦੌਰਾਨ ਜਾਂ ਗੁਰੂ ਘਰਾਂ ਦੇ ਵਿੱਚ ਜਿੱਦਾਂ ਤੁਸੀਂ ਸਮਾਗਮ ਹਰ ਸਾਲ ਕਰਾਉਂਦੇ ਹੋ, ਤੇ ਜੀ ਜ਼ਰੂਰ ਤੁਹਾਡੇ ਬੱਚੇ ਜਿਹੜੇ ਇਸ ਚੀਜ਼ ਨਾਲ ਜੁੜੇ ਰਹਿਣਗੇ, ਟੁੱਟਣਗੇ ਨਹੀਂ। ਮੈਂ ਯਾਦ ਕਰਾ ਦਿਆਂ, ਸਾਡੇ ਵਿੱਚੋਂ ਬਹੁਤ ਸਾਰਿਆਂ ਨੇ ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਵੀਰ ਗੁਰਜੀਤ ਸਿੰਘ ਹੋਣਾ ਨੂੰ, ਵੀਰ ਰਾਜੇ ਮਿੰਟੇ ਹੋਣਾ ਨੂੰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਦੇਖਿਆ ਹੋਵੇਗਾ, ਤੇ ਕਈਆਂ ਨੇ ਆਪਣੇ ਸਿਰਾਂ ਤੇ ਤਾਜ, ਜਿਹੜੀ ਦਸਤਾਰ ਹੈ ਉਹ ਵੀ ਸਜਾਈ ਹੋਵੇਗੀ। ਮੈਂ ਉਮੀਦ ਕਰਦਾ ਕਿ ਜਿਹੜੀ ਸਿਖਾਉਣ ਦੀ ਗੱਲ ਆ, ਜਿਹੜੀ ਤੁਸੀਂ ਪਹਿਲਾਂ ਕਹੀ ਆ, ਉਹ ਵੀ ਅੱਜ ਇੱਥੇ ਲਾਗੂ ਹੋਣ ਲੱਗੀ ਆ। ਨਤੇਜ ਨਾਵਾ ਚੌਥੀ ਪੀੜ੍ਹੀ ਦਾ ਸਾਡਾ ਨੌਜਵਾਨ ਆ, ਉਹ ਕਹਿੰਦਾ ਵੀ ਅੱਜ ਮੈਂ ਪੱਗ ਸਿੱਖਣੀ ਆ, ਇਕੱਲੀ ਬਣਾਉਣੀ ਨਹੀਂ। ਸੋ ਵਾਹਿਗੁਰੂ, ਕਿੰਨਾ ਕੁ ਸਮਾਂ ਲੱਗ ਜਾਂਦਾ ਜੀ ਐਵਰੇਜ, ਜੇ ਇੱਥੋਂ ਦੇ ਬਾਉਣ ਬੱਚੇ ਨੇ ਪੱਗ ਸਿੱਖਣੀ ਹੋਵੇ ਬੰਨਣੀ। ਤੇ ਕੱਲ ਆਪਣਾ ਇੰਡੋ ਸਪਾਈਸ ਲੱਗਾ ਸੀ, ਉਹ ਬੱਚੇ ਨੇ ਕਦੀ ਦਸਤਾਰ ਨੂੰ ਹੱਥ ਨਹੀਂ ਲਾਇਆ, ਉਹ 9 ਸਾਲ ਦਾ ਸੀ ਬੱਚਾ, ਅੱਛਾ, ਤੇ ਉਹਦੇ ਫਾਦਰ ਸਾਹਿਬ ਲੈ ਕੇ ਸ਼ਾਇਦ ਮੈਨੂੰ ਲੱਗਦਾ ਇੱਥੇ ਵੀ ਆਏ ਹੋਣਗੇ, ਅੱਛਾ, ਤੇ ਉਹ ਮਤਲਬ ਘੰਟੇ ਚ ਪੱਗ ਸਿੱਖ ਗਿਆ ਜੀ। ਕੀ ਬਾਤ ਆ। ਮੇਰਾ ਅੱਛਾ, ਤੁਹਾਡਾ ਮੈਂ ਵੀ ਦੱਸ, ਕੋਚ ਤੁਹਾਡਾ YouTube ਚੈਨਲ ਵੀ ਹੈ ਨਾ ਸ਼ਾਇਦ? ਗੁਰਜੀਤ ਸਿੰਘ ਸ਼ਾਹਪੁਰੀਆ, ਤੁਸੀਂ WE ਪਾ ਕੇ GURJEET, ਤੇ ਅੱਛਾ, ਸ਼ਾਹਪੁਰੀਆ ਕੀ ਬਾਤ YouTube ਤੇ, ਉੱਤੇ ਵੀ ਟੈਕਨੀਕਾਂ ਦੱਸੀਆਂ, ਤੁਸੀਂ ਉਹ ਵੀਡੀਓ ਨੂੰ ਲਾਈਕ ਕਰ ਸਕਦੇ, ਸ਼ੇਅਰ ਕਰ ਸਕਦੇ ਹੋ, ਜੀ, ਕਿਉਂਕਿ ਕਈ ਵਾਰ ਹੁੰਦਾ ਨਾ ਕਿ ਆਪਾਂ ਕਿਸੇ ਭੈਣ ਭਰਾ ਨੂੰ ਕੀ ਦੇਣਾ ਚਾਹੁੰਦੇ ਹੋ, ਉਹ ਪੈਸਾ ਦੇ ਦਿੰਦੇ ਹੋ, ਕੋਈ ਗਿਫਟ, ਕੋਈ ਨਾ ਕੁਛ ਦੇ ਦਿੰਦੇ ਹੋ, ਕੋਸ਼ਿਸ਼ ਕਰਿਆ ਕਰੋ ਕਿ ਜਿਹੜੀ ਉਹਨਾਂ ਦਾ ਬੱਚਾ ਆ ਉਹਨੂੰ ਕੋਈ ਵੀਡੀਓ ਇਦਾਂ ਦੀ ਭੇਜੋ ਦਸਤਾਰ ਸਿੱਖਣ ਵਾਲੀ, ਉਹਨੂੰ ਦਸਤਾਰ ਗਿਫਟ ਦੇ ਕੇ ਆਇਆ ਕਰੋ, ਪੁੱਤਰ ਲਈ ਇਹਦੀ ਬੰਨ ਕੇ ਜ਼ਰੂਰ ਮੈਨੂੰ ਫੋਟੋ ਪਾ, ਕਿਉਂਕਿ ਤੁਸੀਂ ਵੱਡੇ ਹੋ, ਜੇ ਵੈਰੀ ਤੁਸੀਂ ਨਾਈਸ, ਕਿਸੇ ਬੱਚੇ ਨੂੰ ਇਸ ਪਾਸੇ ਜੋੜੋਗੇ, ਇਦਾਂ ਦੇ ਗਿਫਟ ਦਓਗੇ, ਤੇ ਬੱਚੇ ਮੈਨੂੰ ਪਤਾ ਨਾਲੇ ਥੋੜਾ ਇਤਿਹਾਸ ਦੱਸਿਆ ਕਰੋ, ਕਿ ਬੱਚੇ ਜਿਹੜੇ ਤੁਹਾਡੇ ਜੁੜਨ ਕਿ ਆਪਾਂ ਦਸਤਾਰ ਕਿਉਂ ਸਜਾਉਣੀ ਆ, ਬਿਲਕੁਲ ਸਹੀ, ਕਿਹੜੀ ਕਰਕੇ ਸਜਾਉਣੀ ਆ, ਫਿਰ ਉਹ ਜਿਹੜੇ ਬੱਚੇ ਆ ਉਹ ਆਪਣੀ ਜਿਹੜੀ ਮਿੱਟੀ ਦੇ ਨਾਲ ਆ ਪੰਜਾਬੀ ਤਰ੍ਹਾਂ, ਮੇਰੇ ਹਿਸਾਬ ਨਾਲ ਨਿਊਜ਼ੀਲੈਂਡ ਵਰਗਾ ਪੰਜਾਬ ਕਿਤੇ ਵੀ ਨਹੀਂਗਾ, ਕੀ ਬਾਤ ਸੱਚ ਮੈਂ ਤਾਂ ਕਿਹਾ, ਕੈਨੇਡਾ ਵਿੱਚ ਲੋ ਆਏ ਥੈਂਕ ਯੂ, ਆ ਸਿੰਗਾਪੁਰ ਵੀ ਗਏ ਆ ਹੋਰ ਕੰਟਰੀਆਂ ਜੀ, ਪਰ ਜਿਹੜੇ ਇੱਥੇ ਤੁਸੀਂ ਪਰਮਿੰਦਰ ਭਾਜੀ ਜਿਹੜੇ ਆਪਣੀ ਵਿਰਾਸਤ ਪੰਜਾਬੀ ਹੈ ਸਾਰਾ ਕੁਝ ਤੁਸੀਂ ਸਾਂਭਿਆ, ਜੀ ਇਹਦੇ ਵਰਗੀ ਕਿਤੇ ਵੀ ਰੀਸ ਮੈਨੂੰ ਨਹੀਂ ਲੱਗਦੀ ਕਿਤੇ ਹੈਗੀ। ਅੱਛਾ, ਆਖਰ ਦੇ ਵਿੱਚ ਸਾਨੂੰ ਇਹ ਵੀ ਦੱਸੋ, ਸਾਡੇ ਬਹੁਤ ਸਾਰੇ ਪ੍ਰਦੇਸੀ ਭੈਣਾਂ ਭਰਾ ਇਹਨਾਂ ਦੀਆਂ ਆਪਣੇ ਬੱਚਿਆਂ ਦੀਆਂ ਸ਼ਾਦੀਆਂ, ਲੋਹੜੀ ਦੇ ਸਮਾਗਮ ਜਾਂ ਧਾਰਮਿਕ ਸਮਾਗਮਾਂ ਦੇ ਮੱਦੇਨਜ਼ਰ ਪੰਜਾਬ ਦੀ ਫੇਰੀ ਤੇ ਨੇ। ਜੇਕਰ ਤੁਹਾਨੂੰ ਪੰਜਾਬ ਦੇ ਵਿੱਚ ਸੰਪਰਕ ਕਰਨਾ ਹੋਵੇ, ਜਦੋਂ ਵੀ ਤੁਸੀਂ ਪੰਜਾਬ 'ਚ ਹੋਵੋ, ਤਾਂ ਸਭ ਤੋਂ ਸੌਖਾ ਤਰੀਕਾ ਕਿਹੜਾ, ਕਿਹੜੇ ਇਲਾਕੇ ਤੋਂ ਕਿੰਨੇ ਸਮੇਂ ਦੇ ਵਿੱਚ ਤੁਸੀਂ ਭੱਜ ਕੇ ਪਹੁੰਚ ਜਾਂਦੇ? ਮੈਨੂੰ ਪਤਾ ਅੱਧੀ ਰਾਤ ਨੂੰ ਵੀ ਤੁਹਾਨੂੰ ਯਾਦ ਨਹੀਂ ਤੁਸੀਂ ਪਹੁੰਚ ਜਾਂਦੇ ਆ। ਇਹ 24 ਘੰਟੇ ਜੀ ਤੁਹਾਡੇ 10 ਹਾਜ਼ਰ ਆ ਜੀ ਪੰਜਾਬ ਦੀ ਧਰਤੀ।
ਤੇ ਜਿਹੜੀ ਸਿਹਰੇ ਵਾਲੀ ਪੱਗ ਆ ਉਹ ਕਲਗੀ ਵੇਖ ਕੇ ਲਾਈ ਦੀ ਆ, ਜੇ ਤੁਸੀਂ ਡਰੈਸ ਸਿਲੈਕਸ਼ਨ ਕਰਾਉਣਾ ਚਾਹੁੰਦੇ ਹੋ ਆਪਾਂ ਉਹ ਵੀ ਕਰਕੇ ਦੇਈ ਦੀ ਆ। ਤੇ ਨੰਬਰ ਮੇਰਾ ਤੁਸੀਂ ਨੋਟ ਕਰ ਸਕਦੇ ਹੋ 9411179451, ਠੀਕ ਹੈ ਜੀ। ਤੇ ਇਹਦੇ ਵਿੱਚ ਤੁਹਾਨੂੰ ਤਕਰੀਬਨ ਲਗਭਗ ਕਿਸੇ ਵੀ ਗੱਲ ਦੀ ਟੈਨਸ਼ਨ ਨਹੀਂ, ਤੁਸੀਂ ਮੈਨੂੰ ਆਪਣਾ ਮੇਚਾ ਦੇ ਸਕਦੇ ਹੋ। ਜੇ ਤੁਸੀਂ ਸ਼ੇਰਵਾਨੀ ਜਾਂ ਪੈਂਟ ਕੋਟ ਜਾਂ ਕੁੜਤਾ ਪਜਾਮਾ ਆਨਲਾਈਨ ਤੁਸੀਂ ਮੇਚਾ ਭੇਜੋ, ਤਦ ਵੀ ਤੁਹਾਨੂੰ ਜਿਹੜਾ ਹਫ਼ਤੇ ਤੱਕ ਸਾਰਾ ਸਮਾਨ ਪੁੱਜਦਾ, ਇੱਥੇ ਚਾਹੀਦਾ ਤਾਂ 15 ਦਿਨ ਲੱਗੂਗੇ, ਜੇ ਇੰਡੀਆ ਚਾਹੀਦਾ ਤਾਂ ਤੁਹਾਨੂੰ ਹਫ਼ਤੇ ਤੱਕ ਸਮਾਨ ਮਿਲ ਜਾਏਗਾ ਤੁਹਾਡਾ, ਜਿੰਨਾ ਵੀ ਦਸਤਾਰਾਂ ਵਿੱਚ ਨਾਲ ਸਿਹਰਾ ਕਲਗੀ ਕਿਰਪਾਨ ਗਲ ਦਾ ਪੱਲਾ, ਠੀਕ ਹੈ, ਜੁੱਤੀ, ਉਹ ਚੀਜ਼ਾਂ ਬੜੀ ਫੱਟੀ, ਫਿਰ ਆਪਣੇ ਜਿੱਦਾਂ ਆਪਾਂ ਪਾਣੀ ਵਾੜਦੇ ਗੜਵੀ, ਸਾਰਾ ਸੈੱਟ ਜਿਹੜਾ ਇਕੱਠਾ ਤੁਹਾਡੇ ਤੁਹਾਡੇ ਫੇਸ ਦੇ ਮੁਤਾਬਕ ਦਸਤਾਰ ਸਜਾਉਣੀ, ਤੁਹਾਡੇ ਵੇਖਣਾ ਤੁਹਾਡੇ 'ਤੇ ਕੀ ਕਿਰਪਾਨ ਕਿੱਦਾਂ ਦੀ ਸੋਹਣੀ ਲੱਗੂ, ਤੁਹਾਡਾ ਸਰੀਰ ਭਾਰਾ ਕੇ ਪਤਲਾ ਆ, ਸ਼ੇਰਵਾਨੀ ਤੁਹਾਡੀ ਜੱਚੇਗੀ ਕਿ ਨਹੀਂ, ਪੈਂਟ ਕੋਟ ਜੱਚੇਗਾ, ਤੁਹਾਡੀ ਹਾਈਟ ਕਿੰਨੀ ਆ, ਮਤਲਬ ਉਹਦੇ ਮੁਤਾਬਕ ਤੁਹਾਨੂੰ ਜਿਹੜਾ ਉਹ ਵਧੀਆ ਤਰੀਕੇ ਨਾਲ ਤੁਹਾਨੂੰ ਪਤਾ ਲੱਗੂ। ਕਿ ਇੱਕ ਸਭ ਤੋਂ ਜ਼ਿਆਦਾ ਬੰਦਾ ਪੈਸਾ ਉਦੋਂ ਖਰਚਦਾ ਜਦੋਂ ਉਹਦਾ ਵਿਆਹ ਹੁੰਦਾ, ਕਿਉਂਕਿ ਬੰਦਾ ਪਰਵਾਹ ਨਹੀਂ ਕਰਦਾ ਉਦੋਂ, ਉਦੋਂ ਜਿਹੜੀ ਉਹਨੇ ਪੂੰਜੀ ਆਪਣੀ ਜਮ੍ਹਾਂ ਕੀਤੀ ਹੁੰਦੀ ਉਹਨੂੰ ਖੁਸ਼ੀ ਹੁੰਦੀ ਸਾਰੇ ਮਾਂ ਪਿਓ ਨੂੰ, ਤੇ ਉਹ ਬੱਚੇ ਜਿਹੜੇ ਫਿਰ ਆਪਣੇ ਬੱਚਿਆਂ ਦੇ ਨਾਲ ਉਹ ਮਾਂ ਪਿਓ ਵੀ ਹੋਰ ਭੈਣ ਭਰਾ ਵੀ ਉੱਥੇ ਬਹੁਤ ਜ਼ਿਆਦਾ ਖਰਚਾ ਕਰਦੇ ਆ। ਤੇ ਜਦੋਂ ਆਪਾਂ ਸਹੀ ਤਰੀਕੇ ਨਾਲ ਖਰਚਾ ਸਹੀ ਜਗ੍ਹਾ ਤੇ ਲੱਗ ਜੇ, ਕਿਉਂਕਿ ਤੁਹਾਨੂੰ ਤੁਸੀਂ ਕਦੀ ਕਿਸੇ ਸ਼ੌਪ ਤੇ ਫਿਰਦੇ ਹੋ, ਕਦੀ ਕਿਤੇ ਜਾਂਦੇ ਹੋ, ਤੁਹਾਨੂੰ ਸਮਾਨ ਨਹੀਂ ਮਿਲਦਾ, ਉਹ ਸਮਾਨ ਮਿਲਣਾ ਬਹੁਤ ਔਖਾ ਹੁੰਦਾ, ਤੇ ਆਪਾਂ ਜਿਹੜਾ ਉਹ ਤਿਆਰ ਕਰਵਾ ਕੇ ਸਪੈਸ਼ਲੀ, ਕਿਉਂਕਿ ਜ਼ਰੂਰ ਮੈਨੂੰ ਕਾਫੀ ਵੀਰਾਂ ਨੇ ਦੱਸਿਆ, ਫਿਰ ਉਹ ਅਸੀਂ ਆਪ ਖੁਦ, ਮੈਂ ਜਿਹੜਾ ਆਪਣੇ ਕੋਲ ਵੀਰ ਆ ਉਹ ਦਿੱਲੀ ਦੀ ਧਰਤੀ ਤੇ ਆ ਵੀਰ, ਜਿਹੜਾ ਉਹ ਸਮਾਨ ਤਿਆਰ ਕਰਦਾ, ਜਲੰਧਰ ਵੀਰ ਹੈਗਾ ਹੈ, ਤਾਂ ਤੁਹਾਨੂੰ ਜ਼ਰੂਰ ਤੁਸੀਂ ਜੇ ਚਾਹੁੰਦੇ ਹੋ ਤੇ ਆਪਾਂ ਜ਼ਰੂਰ ਤੁਹਾਡਾ ਸਾਰਾ ਕੁਛ, ਸਾਰਾ ਸੈਟਅਪ ਸੇਮ, ਸਿਹਰਾ ਕਲਗੀ ਕਿਰਪਾਨ ਗਲ ਦਾ ਪੱਲਾ ਇੱਕੋ ਜੇ ਸੇਮ ਕਰਕੇ ਤੁਹਾਨੂੰ ਡਰੈਸ ਦੇ ਹਿਸਾਬ ਨਾਲ, ਕਈ ਜਿਹੜਾ ਪੱਗ ਰੈੱਡ ਬੰਨਦੇ ਆ ਕਲਗੀ ਉੱਤੇ ਵਾਈਟ ਲੱਗਦੀ ਆ, ਤੁਸੀਂ ਰੈੱਡ ਹੀ ਲਾ ਲੈਂਦੇ ਹੋ, ਜਿੱਦਾਂ ਬੇਬੀ ਪਿੰਕ ਪੱਗ ਆ ਉੱਤੇ ਰੈੱਡ ਕਲਗੀ ਲੱਗਣੀ ਆ, ਤੁਸੀਂ ਫਿਰ ਉਹ ਵਾਈਟ ਹੀ ਲਾ ਲੈਂਦੇ ਹੋ। ਇਹ ਨਿੱਕੇ ਨਿੱਕੇ ਜਿਹੜੇ ਟਿਪਸ ਆ ਉਹ ਤੁਹਾਨੂੰ ਜ਼ਰੂਰ ਮੈਂ ਮਤਲਬ ਜਦੋਂ ਤੁਸੀਂ ਮੇਰੇ ਨਾਲ ਗੱਲਬਾਤ ਕਰੋਗੇ ਫਿਰ ਮੈਂ ਤੁਹਾਨੂੰ ਦੱਸਾਂਗਾ, ਤੁਸੀਂ ਬੜੇ ਵਧੀਆ ਤਰੀਕੇ ਨਾਲ ਉਹ ਚੀਜ਼ ਨੂੰ ਆਪਣੇ ਤੇ ਅਜਵਾਓਗੇ ਤੇ ਬੜੇ ਸੋਹਣੇ ਲੱਗੋਗੇ। ਸ਼ੁਕਰੀਆ ਜੀ। ਗੁਰਜੀਤ ਸਿੰਘ ਸ਼ਾਹਪੁਰੀਆ JEE ਗੁਰਜੀਤ ਲਿਖਣਾ ਤੁਸੀਂ ਯੂਟਿਊਬ ਚੈਨਲ ਹੈ ਜੀ, ਉੱਥੇ ਬਹੁਤ ਸਾਰੇ ਇੱਦਾਂ ਦੇ ਗੁਰਮੰਤਰ ਜਿਹੜੇ ਦਿੱਤੇ ਗਏ ਨੇ, ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਇਸ ਵੀਰ ਦੇ ਜਿਨ੍ਹਾਂ ਨੇ ਸਾਡੀ ਇਸ ਮੁਲਕ ਦੇ ਵਿੱਚ ਜਿਹੜੀ ਸਿੱਖੀ ਸੇਵਕੀ ਹੈ ਉਸ ਦਾ ਨਵੇਂ ਸਿਰੋਂ ਜਾਗ ਲਾਇਆ, ਮੁੜ ਸੁਰਜੀਤ ਕੀਤਾ ਉਸ ਵੈਲਿਊ ਸਿਸਟਮ ਨੂੰ, ਜਿਹੜਾ ਵੈਲਿਊ ਸਿਸਟਮ ਪਰਛਾਵੇਂ ਵਾਂਗ ਸਾਡੇ ਨਾਲ ਨਾਲ ਚੱਲਣਾ ਚਾਹੀਦਾ। ਬਹੁਤ ਸਾਰੇ ਭੈਣਾਂ ਭਰਾਵਾਂ ਦੇ ਜਿਹੜੇ ਕਮੈਂਟਸ ਗੁਰਜੀਤ ਵੀਰ ਆ ਰਹੇ ਨੇ, ਲਖਵੀਰ ਸਿੰਘ ਹੋਣੀ, ਅਰਚਨਾ ਢਾਂਡਾ ਜੀ, ਆਰਜੇ ਬੱਬੀ ਗਰਚਾ ਜਿਹੜੇ ਜਾਣ ਲੱਗੇ ਫੋਟੋ ਖਿਚਾ ਕੇ ਗਏ ਤੁਹਾਡੇ ਨਾਲ, ਤੇ ਸਾਡਾ ਨਿੱਕਾ ਵੀਰ ਬਲਜਿੰਦਰ ਨਾਵਾ ਸੋਨੂੰ ਜਿਹੜਾ ਉਹ ਵੀ ਇਸ ਗੱਲਬਾਤ ਨੂੰ ਪਸੰਦ ਕਰ ਰਿਹਾ ਜੀ, ਤੇ ਨਾਲ ਨਾਲ ਕਮੈਂਟ ਆ ਗਿਆ ਜੀ ਅਰਚਨਾ ਢਾਂਡਾ ਜੀ ਦਾ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਪ੍ਰਾਊਡ ਆਫ ਸਿੱਖ ਕਮਿਊਨਿਟੀ, ਕੀ ਬਾਤ ਹੈ, ਬਹੁਤ ਧੰਨਵਾਦ ਜੀ। ਸੋ ਬਾਹਰ ਤੁਹਾਡੇ ਜਿਹੜੇ ਦਰਸ਼ਨ ਭਲਾਸ਼ੀ ਆ ਤੁਹਾਡਾ ਇੰਤਜ਼ਾਰ ਕਰ ਰਿਹਾ, ਮੈਂ ਕੈਮਰੇ ਚ ਦੇਖ ਰਿਹਾ, ਤੇ ਮੈਂ ਉਮੀਦ ਕਰਦਾ ਕਿ ਅਸੀਂ ਤੁਹਾਡਾ ਜ਼ਿਆਦਾ ਸਮਾਂ ਲੈ ਲਿਆ, ਲੇਕਿਨ ਬਾਹਰ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਉਹਨਾਂ ਦੇ ਮੱਦੇਨਜ਼ਰ ਸਾਨੂੰ ਗੱਲਬਾਤ ਜਿਹੜੀ ਆ ਉਹ ਅਸੀਂ ਇੱਥੇ ਸਮੇਟਾਂਗੇ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਪੰਜਾਬ ਤੋਂ ਬਾਹਰ ਜਿੱਥੇ ਕਿਤੇ ਵੀ ਤੁਸੀਂ ਆਪਣੀਆਂ ਸੇਵਾਵਾਂ ਦਿੰਦੇ ਹੋ ਸਮਝ ਲਓ ਵੀ ਉੱਥੇ ਸਿੱਖੀ ਸੇਵਕੀ ਜਿਹੜੀ ਹੈ ਉਹ ਤੁਹਾਨੂੰ ਆਪਣੀਆਂ ਦੁਆਵਾਂ 'ਚ ਆਪਣੀਆਂ ਅਰਦਾਸਾਂ 'ਚ ਯਾਦ ਕਰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸ਼ੁਕਰੀਆ ਜੀ, ਬਹੁਤ ਬਹੁਤ ਪਰਮਿੰਦਰ ਭਾਈ, ਧੰਨਵਾਦ ਜੀ ਰੇਡੀਓ ਸਪਾਈਸ ਦਾ, ਤੁਹਾਡਾ ਸਾਰੀ ਟੀਮ ਦਾ, ਕਿਉਂਕਿ ਤਹਿ ਦਿਲੋਂ ਧੰਨਵਾਦ, ਫਿਰ ਗੁਰੂ ਰਾਮਦਾਸ ਕਿਰਪਾ ਕਰੂ ਤੁਹਾਡੇ ਦਰਸ਼ਨ ਹੋਣਗੇ ਅਗਲੇ ਸਾਲ, ਕਿਆ ਬਾਤ, ਤੇ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਨਾਲ ਨਾਲ ਇਸ ਗੱਲਬਾਤ ਜਿਹੜੀ ਹੈ ਇਸ ਨੂੰ ਅਸੀਂ ਰੀਬਰੋਡਕਾਸਟ ਕਰਾਂਗੇ ਅੱਜ ਸ਼ਾਮੀ 5:30 ਵਜੇ। ਗੁਰਜੀਤ ਸਿੰਘ ਹੋਣਾ ਦੀ ਜਿਹੜੀ ਇੱਕ ਸੈਪਰੇਟ ਵੀਡੀਓ ਅੱਜ ਸਟੂਡੀਓ ਦੇ ਵਿੱਚ ਜਨਰੇਟ ਕੀਤੀ ਹੈ, ਉਸ ਨੂੰ ਵੀ ਅਸੀਂ ਅਗਲੇ 3-4 ਦਿਨਾਂ ਦੇ ਵਿੱਚ ਆਪਣੇ ਚੈਨਲ ਦੇ ਉੱਤੇ ਪਾਵਾਂਗੇ। ਹੁਣ ਤੋਂ ਕੁਝ ਪਲ ਪਹਿਲਾਂ ਅਸੀਂ ਰੇਡੀਓ ਸਪਾਈਸ ਦੇ ਚੈਨਲ ਤੇ ਲਾਈਵ ਹੋਏ ਸਾਂ, ਫੇਸਬੁੱਕ ਪੇਜ ਉੱਤੇ ਜਾ ਕੇ ਤੁਸੀਂ ਆਪਣੀ ਜਿਹੜੀਆਂ ਤਕਨੀਕੀ ਬਰੀਕੀਆਂ ਨੇ ਉਹ ਵੀ ਜਾਣ ਸਕਦੇ ਹੋ। ਗੁਰਜੀਤ ਵੀਰ ਤੁਹਾਡਾ ਬਹੁਤ ਸ਼ੁਕਰੀਆ।